ਨਹੀਂ ਦਿੰਦਾ, ਦੀਵਾ ਬੁੱਝਣ ਨਹੀਂ ਦਿੰਦਾ। ਹੋ ਦੁਨੀਆ ਸੁੱਟਣ ਨੂੰ ਫਿਰਦੀ, ਘੰਟਾ ਦਾਸ ਡਿੱਗਣ ਨਹੀਂ ਦਿੰਦਾ। ਠੀਕ ਹੈ,
ਤੇਰਾ ਬੜਾ ਰੰਗ ਹੈ ਬੜਾ ਰਾਣੀ ਹੈ ਖਾਲੀ ਦਰਬਾਰ ਮੰਦਰ ਜੋਤ ਜਗੇ ਉਸਦੀ ਜਾਗ ਮਾਏ ਪੰਜ ਜੋਤਾਂ ਲਾਉਂਦੇ ਘਰੇ ਹੈ ਪਰ ਤੁਹਾਨੂੰ ਐ ਨੀ ਪਤਾ ਪੰਜ ਤਰਾ ਕੀ ਦੇ ਆ ਹੈ ਕਹਿ ਬਾਬਾ ਮਹਾਰਾਜ ਜੀ ਜ਼ਿਆਦਾ ਐ ਹੁੰਦਾ ਨਾ ਵੀ ਆਪਣੇ ਵੱਡ ਵਡੇਰੇ ਮੰਨੀ ਜਾਂਦੇ ਆ ਅੱਛਾ ਕੱਲੇ ਲੱਖ ਦਾ ਪੀਰ ਨਹੀਂ ਮੰਨਦੇ ਸੀ ਹੈ ਤੇ ਜਿਹੜਾ ਤੁਸੀਂ ਪੰਜ ਹੁਣ ਚਰਾਕ ਕਰ ਲਏ ਇਹ ਕਿਸੇ ਦੇ ਕਹਿਣ ਤੇ ਕਰ ਲਏ ਸੀ ਹੈ ਹੱਕਾ ਬਾਬਾ ਪੰਜ ਵੀਰ ਪੰਜ ਰਾਗ ਆਪਾਂ ਕਹਿਣ ਤੇ ਲਾੜੇ ਕਰਦੇ ਫਕੀਰ ਨੇ ਫਕੀਰ ਕੋਈ ਲਵਾ ਗਿਆ ਪੰਜ ਰਾਗ ਹੈ ਪਰ ਤੁਹਾਨੂੰ ਐ ਨੀ ਦੱਸ ਕੇ ਵੀ ਕਿਹਦੇ ਕਿਹਦੇ ਲਾਤੇ ਆਈਆਂ ਤੁਹਾਨੂੰ ਦੱਸ ਕੇ ਨੀ ਕਿਹਾ ਵੀ ਕਿਹਦੇ ਕਿਹਦੇ ਲਾੜੇ ਕਿ ਆਪ ਹੀ ਧਰ ਲੈ ਮਹਾਰਾਜ ਜੀ ਜਿਹੜੀ ਗੱਲ ਮੈਂ ਪੁੱਛਦਾ ਪਹਿਲਾਂ ਮੈਨੂੰ ਉਹ ਡਾਊਟ ਕਲੀਅਰ ਕਰੋ ਮੇਰਾ ਫਿਰ ਆਪ ਹੀ ਧਰ ਲੈ ਵਾਜੂ
ਤੁਸੀਂ ਕਹਿਤਾ ਵੀ ਪੰਜ ਪੀਰ ਹੁੰਦੇ ਆ, ਤੁਹਾਨੂੰ ਇਹ ਪਤਾ ਵੀ ਪੰਜਾਂ ਪੀਰਾਂ 'ਚ ਲਾਲਾ ਵਾਲਾ ਪੀਰ ਆਉਂਦਾ ਹੀ ਨਹੀਂ ਹੈ, ਨਾਲੇ ਪੰਜ ਨਹੀਂ ਉਹ ਛੇ ਆ, ਕਿੰਨੇ ਐਵੇਂ ਹੋਣਾ 'ਚ ਛੇ ਆ, ਤੇਰੇ ਕਹਿੰਦਾ ਕਿੰਨੇ ਕਿਵੇਂ ਹੋਣਾ, ਐਵੇਂ ਨਹੀਂ ਨਾ ਪੰਜ ਹੈ ਹੀ ਨਹੀਂ ਜਦੋਂ, ਹਾਂ ਪੰਜਾਂ ਪੀਰਾਂ 'ਚ ਲਾਲਾ ਵਾਲਾ ਪੀਰ ਆਉਂਦਾ ਹੀ ਨਹੀਂ, ਹੁਣ ਤੁਹਾਡੇ ਘਰੇ ਪੰਜ ਜੋਤਾਂ ਲੱਗੀਆਂ ਤੁਹਾਨੂੰ ਨਹੀਂ ਪਤਾ ਕਿਹਦੀਆਂ ਹੈ, ਆਹ ਗੱਲ ਹੈ ਵੇਖ ਕਿਹਦੀਆਂ ਹੋਏ ਬਿਮਾਰੀ ਕਿਆ ਮੈਂ ਨੀ ਕਿਹਾ ਮੰਜੇ ਜੀ ਪਿਆ ਹੈਗਾ ਛੱਡ ਜੀ ਨਾ ਕਹਿ ਕੇ ਅਮਲੀ ਮੇਰਾ ਸਿਗਟਾਂ ਤੇ ਸਾਧ ਚੱਲਦਾ, ਛੱਡ ਜੀ ਨਾ ਕਹਿ ਕੇ ਅਮਲੀ ਮੇਰਾ ਸਿਗਟਾਂ ਤੇ ਸਾਧ ਚੱਲਦਾ, ਛੱਡ ਜੀ ਨਾ ਕਹਿ ਕੇ ਅਮਲੀ ਮੇਰਾ ਸਿਗਟਾਂ ਤੇ ਸਾਧ ਚੱਲਦਾ, ਜਿਹਦਾ ਸਰੀਰ ਫੜਿਆ ਪਿਆ ਇਹ ਕੋਈ ਲੇਡੀਜ਼ ਦਾ ਹੈ, ਇਹ ਕੋਈ ਆਪਣੀ ਗੁੜੀਆ ਲੱਗਦੀ ਹੈ ਕਿ ਘਰ ਵਾਲੀ ਆ, ਹੈ ਹਾਂ ਕਹਿ ਬਾਬਾ ਪਹਿਲਾਂ ਦੀ ਲੱਗੀ ਆਪਣੀ ਹੈ, ਫਿਰ ਮੈਨੇ ਕਹਾ ਸੀ ਆ ਸੁਪਨੇ ਚ ਕਿਸੇ ਨੂੰ ਪੁਲਿਸ ਵੀ ਦਿਖਾਈ ਦੇਣ ਲੱਗਦੀ ਹੋਣੀ, ਪੁਲਿਸ ਨਹੀਂ ਬਹੁਤ ਸਵਾਰਥ ਨੀ ਕੰਮ ਗੱਦੀ ਦੇ ਵਿੱਚ ਲਾ ਕੇ ਨਿਸ਼ਾਨ ਨਾਲ ਬੱਦਿਆ ਆਪਣੇ ਲੱਗੇ ਆ ਆਪਾਂ 3 ਸਾਲਾਂ ਬਾਅਦ ਰੋਡ ਦਿੰਦੇ ਪਹਿਲਾਂ
ਤਿੰਨ ਸਾਲਾਂ ਬਾਅਦ ਜਾਂ ਦੋ ਸਾਲਾਂ ਬਾਅਦ ਨਹੀਂ ਦਿੱਤਾ ਹਾਂ ਕਹਿ ਬਾਬਾ ਫਿਰ ਅੱਛਾ ਨਹੀਂ ਹੁੰਦਾ ਮਹਾਰਾਜ ਜੀ ਹਾਂਜੀ ਹੁੰਦਾ ਮੈਂ ਰਿਸਪੈਕਟ ਨਾਲ ਗੱਲ ਕਰੀ ਨਾ ਰਿਸਪੈਕਟ ਨਾਲ ਗੱਲ ਹਾਂ ਤੂੰ ਮੈਂ ਤਾਂ ਆਪਾਂ ਨੂੰ ਵੀ ਹੁੰਦੀ ਮਹਾਰਾਜ ਜੀ ਰਿਸਪੈਕਟ ਰਿਸਪੈਕਟ ਹਾਂਜੀ ਠੀਕ ਹੈ ਮਹਾਰਾਜ ਜੀ ਪੈਸੇ ਖਵਾ ਦੇ ਹੈ ਹੁਣ ਛੱਡ ਕੇ ਅਗਲੇ ਮੈਦਾਨ ਭੱਜ ਕੇ ਹੈ ਆਪਾਂ ਜਿਵੇਂ ਕਹਿੰਦੇ ਟੁਕੜੇ ਜਗ ਲੱਤ ਮਾਰ ਕੇ ਮਰਦਾ ਜਿਹੜਾ ਮਾ ਕਾਲੀ ਨੂੰ ਮਰਦਾ ਫੁੱਲ ਵਾਂਗਰਾ ਤਾਂ ਤਾਂ ਮਾਂ ਮਰੀ ਕਾਲੀ ਨੂੰ ਕਾਲੀ ਨੂੰ ਹੁੰਦਾ ਕਿ ਸਲਾਮ ਕਰਦਾ ਮਾਂ ਮਰੀ ਕਾਲੀ ਨੂੰ ਫਿਰ ਮਾਰ ਜੀ ਤੂੰ ਘੱਟ ਨੂੰ ਘੱਟ ਦਾ ਪੈ ਕੇ ਕਰੇ ਹੈ ਫਿਰ ਆਪਾਂ ਕਰਜ਼ੇ ਥੱਲੇ ਵੀ ਆ ਗਏ ਹਾਂਜੀ ਕਰਜ਼ੇ ਥੱਲੇ ਵੀ ਆ ਗਏ ਹਾਂਜੀ ਹੈ ਮੇਰੇ ਗੱਲ ਦੱਸੇ ਆ ਜੱਦੀ ਪਿੰਡ ਹੀ ਆਪਣਾ ਜੱਦੀ ਪਿੰਡ ਆ ਇਹ ਪਹਿਲਾਂ ਕਿਤੇ ਹੋਰ ਰਹਿੰਦੇ ਸੀ ਹੈ ਕਹਿ ਬਾਬਾ
ਜੀ ਜੱਦੀ ਆਪਣਾ ਪਿਛਲਾ ਪਿੰਡ ਕਿਹੜਾ ਸੀ? ਛੋਟੇ ਪੀਰ ਕੋਥੋਂ ਦੇ ਸੀ? ਮੈਨੂੰ ਗੱਲ ਦੱਸੋ, ਕੋਈ ਇੱਥੇ ਫਕੀਰੀ ਮੱਤ ਵੀ ਸੀਗਾ? ਬਜ਼ੁਰਗ ਤੁਹਾਡਾ ਫਕੀਰੀ ਮੱਤ ਸੋਡਾ ਨੀ ਸੀ ਇਹ? ਹੈਂ ਉਹ ਬਜ਼ੁਰਗ ਸੀਗਾ ਕੋਈ ਫਕੀਰੀ ਮੱਤ ਜਿੱਥੇ? ਹੈਂ ਹਾਂ ਕਹਿ ਬਾਬਾ ਤੁਸੀਂ ਦੱਸਦਾ ਵੀ ਛੋਟਾ ਨੀ ਸੀ ਇਹ? ਹੈਂ ਉਹ ਛੋਟਾ ਲੱਗਦਾ ਕੀ ਸੀ? ਤੁਹਾਨੂੰ ਇਹ ਨੀ ਪਤਾ ਕੀ ਲੱਗਦਾ ਛੋਟਾ? ਲੱਗਦਾ ਹੀ ਨੀ ਸੀ ਸਾਡਾ ਕੁਛ, ਲੱਗਦਾ ਹੀ ਨੀ ਸਾਡਾ ਕੁਛ, ਕੁਛ ਵੀ ਲੱਗਦਾ ਸੀ? ਹੈਂ ਉਹ ਘਰਾਂ ਚ ਘਰ ਸੀ ਇਹਦਾ? ਘਰਾਂ ਚ ਘਰ ਸੀ? ਹੋ ਸਕਦਾ ਵੀ ਇੰਨਾ ਪੂਰਾ ਕਨਫਰਮ ਨਹੀਂ ਗਾ, ਬਾਕੀ ਸਾਡਾ ਕੁਛ ਨੀ ਲੱਗਦਾ ਸੀ, ਸਾਡਾ ਕੁਛ ਨੀ ਲੱਗਦਾ ਸੀ ਜਿਹੜਾ ਮੰਨ ਲਓ ਸਾਧ ਰੂਪ ਚ ਸੀਗਾ, ਇਹ ਸਾਡਾ ਕੁਛ ਵੀ ਨੀ ਲੱਗਦਾ ਸੀ। ਉਹ ਆਪਣੇ ਘਰੇ ਆਉਂਦੇ ਰਹਿੰਦਾ ਸੀ ਵੀ ਬਜ਼ੁਰਗ ਸੀ ਪੁਰਾਣੇ, ਉਹਨਾਂ ਨੂੰ ਪਤਾ ਸੀਗਾ। ਹੈਂ ਉਹਨਾਂ ਟਾਈਮਾਂ ਦੀ ਗੱਲ ਆ, ਬਜ਼ੁਰਗਾਂ ਟਾਈਮ ਦੀ, ਸਾਡੇ ਦਾਦੇ ਪੜਦਾਦਿਆਂ ਟਾਈਮ ਦੀ ਗੱਲ ਆ। ਇਹਦਾ ਤੁਹਾਡਾ ਬਜ਼ੁਰਗ ਬਣਦਾ ਹੈ? ਹੈਂ ਤੂੰ ਕਹਿੰਦਾ ਨਹੀਂ? ਹੈਂ ਪੁੱਛ ਪੁੱਛ ਕੇ ਦੱਸੋ ਥੋੜਾ ਜਿਹਾ, ਪੁੱਛਤਾ ਮੈਂ ਲੈਣਾ। ਬੋਲ ਸੱਚੇ ਦਰਬਾਰ ਕੀ ਵੇ ਪੀਰ ਕੋਟਲੇ ਵਾਲਾ ਵੇ ਧਮਾਲ ਪੈਂਦੀ ਆਉਂਦੀ ਆ, 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 ਪੀਰ ਕੋਟਲੇ ਵਾਲਾ ਵੇ ਧਮਾਲ। ਤੁਸੀਂ ਦਾਦਿਆਂ ਤੱਕ ਹੀ ਜਾਣਦੇ ਹੋ? ਅਸੀਂ ਦਾਦਿਆਂ ਤੱਕ ਹੀ ਜਾਣਦੇ ਹਾਂ, ਤੇ ਉਦੋਂ ਪਿੱਛੇ? ਉਦੋਂ ਪਿੱਛੇ ਨਹੀਂ ਜਾਣਦੇ, ਜਿੱਥੋਂ ਤੱਕ ਜਾਣਦੇ ਉੱਥੋਂ ਤੱਕ ਹੀ ਦੱਸਾਂਗੇ। ਇਹਦਾ ਪਿੱਛੋਂ ਤੁਰਦਾ ਇੱਕ ਬਜ਼ੁਰਗ, ਕਹਿੰਦਾ ਮੈਂ ਸੇਵਾ ਕਰਦਾ ਹੁੰਦਾ ਸੀ। ਹੋ ਸਕਦਾ ਬਾਬਾ ਸੇਵਾ ਕਰਦਾ ਜ਼ਰੂਰ ਸੀ, ਪਰ ਇਹ ਸਾਡਾ ਨਹੀਂ ਸੀ। ਇਹਦਾ ਛੋਟਾ ਬੰਦਾ ਬਣ ਪਲਾ ਹੀ ਜਾਵੇ, ਪਰ ਸਾਡਾ ਨਹੀਂ ਸੀ। ਚਲੋ ਮਹਾਰਾਜ ਜੀ, ਬੋਲ ਸੱਚੇ ਦਰਬਾਰ ਸਦੇ ਨੀ ਮੈਂ ਡੇਰਾ ਡੇਰਾ ਕਰਦੀ ਡੇਰੇ ਜਾਇਆ, ਡੇਰਾ ਡੇਰਾ ਕਰਦੀ ਡੇਰੇ ਜਾਇਆ, ਡੇਰਾ ਕਰਦੀ ਡੇਰੇ ਜਾਇਆ। ਖੜੇ ਕਰ ਲੋ ਜੇ ਬੈਠੇ ਤਾਂ ਲੱਗਦਾ ਝਟਕੇ ਨੂੰ ਝਟਕਿਆ ਲੱਗਦਾ। ਕਦੇ ਕਦੇ ਭੈਣ ਦੱਸੀ ਮੈਨੂੰ ਤੈਨੂੰ ਹੀ ਵਾਸੇ ਤੋੜ ਜੀ ਲੱਗ ਜਾਂਦੀ ਹੈ, ਹੈਂ ਅੱਖਾਂ ਦਾ ਪਾਣੀ ਤੇਰੇ ਵੀ ਆਉਣ ਲੱਗ ਪੈਂਦਾ, ਹੈਂ ਫਿਰ ਸਿਰ ਦਾ ਵੀ ਭਰੀ ਹੁੰਦਾ ਤੇਰਾ। ਹਾਂ ਹਾਂ ਕਹਿ ਬਾਬਾ।
ਪਹਿਲਾਂ ਦੀਂਦਾ ਸੀਗਾ ਹੈ ਇਹ ਚਿੱਟੇ ਕੱਪੜੇ ਦੀਂਦਾ ਸੀਗਾ ਹੈ ਇਹ ਕਦੇ ਕਦੇ ਤੈਨੂੰ ਹੁਣ ਗੱਲ ਦੱਸ ਜਾਂਦਾ ਸੀਗਾ ਉਹ ਆਉਂਦਾ ਹੀ ਸੁਪਨੇ ਚ ਹੈ ਕਹਿ ਬਾਬਾ ਇੱਧਰ ਮਹਾਰਾਜ ਜੀ ਛਾਂਟ ਪੈਣ ਲੱਗ ਪਈ ਸੀ ਇੱਧਰ ਫਕੀਰ ਦੀ ਉਹਦੀ ਇੱਧਰ ਠੀਕ ਆ ਤੁਸੀਂ ਕਹਿੰਦੇ ਕਿਸੇ ਨੂੰ ਘਰ ਚ ਪਾਉਣ ਦੀ ਪੇਸ਼ੀ ਬਣਦੀ ਨੀ ਇੱਧਰ ਪੈਣ ਨੂੰ ਪਾਉਣ ਦੀ ਪੇਸ਼ੀ ਬਣਦੀ ਆ ਪਾਉਣ ਦੀ ਪੇਸ਼ੀ ਬਾਬਾ ਜੀ ਕਿਸੇ ਹੋਰ ਨੂੰ ਬਣਦੀ ਹੋਰ ਨੂੰ ਬਣਦੀ ਹੈ ਇੱਧਰ ਵੀ ਬਣਦੀ ਹੈ ਮਹਾਰਾਜ ਜੀ ਨਹੀਂ ਇੱਧਰ ਪਾਉਣ ਦੀ ਪੇਸ਼ੀ ਨਹੀਂ ਬਣਦੀ ਠੀਕ ਹੈ
ਮੈਂ ਦੋ ਵਾਰ ਸੀ ਗੱਲ ਕਰਦਾ ਹੁੰਦਾ ਕਦੇ ਮੈਂ ਰਵਣ ਨੂੰ ਜੀ ਨਹੀਂ ਬਾਬਾ ਜੀ ਅਸੀਂ ਮੋਟੀ ਮੋਟੀ ਗੱਲ ਕਰ ਲਈ ਠੀਕ ਹੈ ਗੱਲ ਇਹ ਵੇਖਣ ਵੀ ਘਰ ਚ ਕੀ ਨੁਕਸ ਬਣਿਆ ਪਿਆ ਕਿ ਰੱਬੀ ਰੋਗ ਬਣ ਗਿਆ ਤਾਂ ਪਤਾ ਲੱਗੇ ਜਾਂ ਕਿਸੇ ਨੇ ਕੁਛ ਕਰਤਾ ਤਾਂ ਪਤਾ ਲੱਗੇ ਜਾਂ ਕੋਈ ਦੇਵ ਦਰਸ ਗਿਆ ਤਾਂ ਪਤਾ ਲੱਗੇ ਹਾਂ ਬਸ ਇਹ ਹੀ ਹੈ ਭਾਈ ਅਗੇਰ ਆਹ ਮੁੰਡੇ ਗਰ ਸਾਡੇ ਤੇ ਕਰਮ ਥੋੜਾ ਕਰ ਦਾ ਦੀਏ ਪੁੱਤਾਂ ਕੋਲ ਲੱਗੇ ਸਾਨੂੰ ਡਰ ਦਾ ਦੀਏ ਪੁੱਤਾਂ ਕੋਲ ਲੱਗੇ ਸਾਨੂੰ ਡਰ ਦਾ ਦੀਏ ਪੁੱਤਾਂ ਕੋਲ ਲੱਗੇ ਸਾਨੂੰ ਡਰ ਦਾ ਦੀਏ ਤੁਹਾਡੀ ਗੱਲ ਹਜੇ ਤੱਕ ਰਾਹ ਕਿਸੇ ਤੋਂ ਪਈ ਨਹੀਂ ਤੀਜੀ ਪੀੜੀ ਦੁਖੀ ਹੋਈ ਪਈ ਬੋਲੋ ਆਪਦੀ ਰੱਜ ਕੇ ਕਰਦੇ ਆਪਦੀ ਮਿਹਨਤ ਕਰਦੇ ਤੈਨੂੰ ਮਨੋ ਕਰਦੇ ਹੋ ਘਰ ਦੇ ਵਿੱਚ ਥੋੜੇ ਤਬਾਕ ਹੈਗਾ ਇਹ ਗੱਲ ਤੇ ਪਰ ਕਮਾਈ ਐਂ ਉੜਦੀ ਜਿਵੇਂ ਨਿਰਜਲ ਫਸੇ ਉੜਦੇ ਹੁਣ ਐਂ ਜਾਂਦੀ ਹੈ ਤੁਹਾਡੇ ਆਪਦੇ ਜੀ ਕਮਾਈ ਖਾ ਜਾਂਦੇ ਆ ਡਾਕਟਰੀ ਮੂਹੀ ਤੇ ਕੋਈ ਲੱਛਣ ਮੂਹੀ ਹਾਂ ਐਂ ਜਾਂਦੇ ਐਂ ਜਾਂਦੇ ਹੈ ਜੇ ਅੱਜ ਲੈ ਜਾਂਦੀ 24 ਘੰਟੇ ਬਾਅਦ ਪੜ ਕੇ ਖਾਲੀ ਹੁੰਦੀ ਆ ਖਾਲੀ ਹੁੰਦੀ ਕਮਲੀ ਜੀ ਗੱਲ ਆਈ ਹੈ ਬਾਬਿਆਂ ਕੋਲੇ ਜਾ ਜਾ ਕੇ ਰੁਪਏ 70 ਪੈਸੇ ਤੁਸੀਂ ਆਪ ਬਾਬੇ ਬਣੇ ਪਏ
ਹੈ ਹੈਗੇ ਜੀ ਹੈਗੇ ਜਿੰਨਾ ਕੁ ਚੇਲਿਆਂ ਨੂੰ ਪਤਾ ਉਨੀ ਗੱਲ ਦਾ ਤੁਹਾਨੂੰ ਆਪ ਨੂੰ ਚਾਨਣ ਹੋ ਜਾਂਦਾ ਪਹਿਲਾਂ ਹੀ ਹੋ ਜਾਂਦਾ ਬੋਲੋ ਵੀਰੇ ਇੱਕ ਨੂੰ ਨਹੀਂ ਸਾਰੇ ਪਰਿਵਾਰ ਨੂੰ ਹੀ ਹੋ ਜਾਂਦਾ ਸਾਰੇ ਨਹੀਂ ਹੋਏ ਇਹ ਨਹੀਂ ਪਤਾ ਕਿਹੜੀ ਚੀਜ਼ ਚਾਨਣ ਕਰਦੀ ਆ ਹੈ ਤੇ ਸਾਰਿਆਂ ਨੂੰ ਐਂ ਲੱਗਦਾ ਜਿਵੇਂ ਨਾਲ ਕੋਈ 24 ਘੰਟੇ ਹੁੰਦਾ ਬੋਲ ਕੱਲਾ ਕੱਲਾ ਬੰਦਾ ਦੱਸਿਆ ਵਰਗਾ ਹੋ ਜਾਂਦਾ ਹੈ ਕਬ ਬੋਸਰਾ ਆਪਣੇ ਬਜ਼ੁਰਗ ਮੰਨਦੇ ਸੀਗੇ ਠੀਕ ਹੈ ਤੁਹਾਨੂੰ ਮਨੋ ਸੇਵਾ ਕਰੋ ਤੁਸੀਂ ਵੀ ਸੇਵਾ ਕੀਤੀ ਉਹਦੀ ਹੈ ਤੇ ਜਿੰਨੀ ਸੇਵਾ ਕੀਤੀ ਬਾਬੇ ਨੇ ਉਹਨਾਂ ਦਿੱਤਾ ਬੋਲੋ ਦਿੱਤਾ ਗੱਲ ਗੁੱਸਾ ਕਰਦੇ ਤਾਂ ਨਹੀਂ ਜੀ ਹੈ ਬਾਬਿਆਂ ਨੂੰ ਤਾਂ ਮੰਨਿਆ ਪਰ ਬਾਬੇ ਦੀ ਮਰਿਆਦਾ ਨਹੀਂ ਮੰਨੀ ਕਿਸੇ ਨੇ ਬਾਬੇ ਦੀ ਮਰਿਆਦਾ ਨਹੀਂ ਮੰਨੀ ਇੱਕ ਤਾਂ ਪੀਰ ਸਾਲ ਦੇ ਸਾਲ ਰੋਟ ਲੈਂਦਾ ਜਦੋਂ ਵਿਆਹ ਹੋ ਜਾਏ ਉਸ ਸਾਲ ਦੋ ਰੋਟ ਲੈਂਦਾ ਜਿੱਦਾਂ ਮੁੰਡਾ ਵਿਆਹ ਜਾਵੇ ਉਸ ਸਾਲ ਵੀ ਦੋ ਰੋਟ ਲੈਂਦਾ ਪਹਿਲਾਂ ਤਾਂ ਬਾਬੇ ਦੇ ਕਰਜ਼ੇ ਰਹਿੰਦੇ ਤੁਹਾਡੇ ਸਿਰ ਇਹ ਬਾਬਾ ਜੀ ਗੱਲ ਸੁਣੋ ਵੀ ਸਾਡੇ ਡੈਡੀ ਜਦੋਂ ਜਨਮ ਲਿਆ ਸੀ ਨਾ ਸਾਡੀ ਦਾਦੀ ਦੱਸਦੀ ਹੁੰਦੀ ਸੀ ਵੀ ਉਹਨਾਂ ਨੇ ਸਿਰਫ ਇੱਕ ਹੀ ਰੋਡ ਸੁੱਕਿਆ ਸੀ ਅਤੇ ਉਹ ਇੱਕ ਹੀ ਰੋਡ ਦਿੰਦੇ ਹੁੰਦੇ ਸੀ ਉਦੋਂ ਤੋਂ ਸਟਾਰਟ ਕੀਤਾ ਸੀ ਲੱਗਦਾ ਦਾ ਪਿੰਡ ਬਣਨਾ ਉਦੋਂ ਪਹਿਲਾਂ ਕੋਈ ਸਾਡੇ ਸੇਵਾ ਨਹੀਂ ਮੇਰੀ ਗੱਲ ਸੁਣੋ ਜਦੋਂ ਕਿਸੇ ਨੂੰ ਮੰਨ ਲਈਏ ਉਦੋਂ ਪ੍ਰੋਪਰ ਮੰਨ ਲਈਏ ਕਿਤੇ ਤੁਹਾਡੇ ਦਾਦੇ ਨੂੰ ਜਾਂ ਤੁਹਾਡੀ ਦਾਦੀ ਨੂੰ ਲਾਲਾਂ ਵਾਲੇ ਪੀਰ ਨੇ ਆਪ ਆ ਕੇ ਕਿਹਾ ਸੀਗਾ ਵੀ ਇੱਕ ਰੋਡ ਦੇ ਕੇ ਮੁੜ ਕੇ 4 ਸਾਲਾਂ ਬਾਅਦ ਦਿਓ ਜੋ ਨਹੀਂ 4 ਸਾਲਾਂ ਤੋਂ ਯੈਸ ਸਰ ਨੋ ਪਲੀਜ਼ ਗਿਵ ਮੀ ਆਨਸਰ ਨਹੀਂ ਸਹੀ ਬੋਲ ਹੈ ਸਹੀ ਗੱਲ ਵੀ ਲਾਲਾ ਨਾ ਪੀਰਾ ਪ੍ਰਗਟ ਹੋਇਆ ਜੁੜੇ ਘਰੇ ਵੀ ਮੇਰਾ 1 ਕਰੋੜ ਦੇ ਦੋ ਭਾਈ ਉਹ ਤੋਂ ਬਾਅਦ ਨਾ ਦਿਓ ਹੈ ਐ ਨਹੀਂ ਸੂਈ ਜਦੋਂ ਲੰਘਣੀ ਉਦੋਂ ਲੰਘਣੀ ਆ ਹੈ ਅਸੀਂ ਲੋਕਾਂ ਦੇ ਹਜ਼ਾਰਾਂ ਰੋਡ ਲਵਾ ਦਿੰਦੇ ਆ ਤੇ ਸਾਨੂੰ ਵੀ ਦੋ ਦੇਣੇ ਪੈਂਦੇ ਜਦੋਂ ਮੁੰਡਾ ਵੇਖੀ ਹੈਲੋ ਫਿਰ ਪਿੱਛੋਂ ਵੈਸ਼ਨੂ ਸੀ ਸਾਰੇ ਹੈਲੋ ਹਾਂਜੀ ਪਿੱਛੋਂ ਵੈਸ਼ਨੂ ਸੀ ਸਾਰੇ ਹੈ ਮੁੰਡਾ ਤਾਂ ਧਰਤੋਂ ਵੈਸ਼ਨੂ ਸੀਗੇ ਐਵੇਂ ਨਾ ਮਾੜਾ ਮੋਟਾ ਜਾਂ ਕੋਈ ਮਾੜਾ ਮੋਟਾ ਬਦਲਾਓ ਮਾਸੀ ਨੂੰ ਪਤਾ ਹੈ ਜਦੋਂ ਇਹ ਜੋਤ ਲਾਉਣ ਲੱਗੇ ਆ ਉਹਦੇ ਕੱਚੇ ਕਮਰੇ ਚ ਲਾਉਣ ਲੱਗੇ ਸੀ ਇਹ ਜੋਤ ਲਾਉਣ ਲੱਗੇ ਆ ਉਦੋਂ ਤੁਹਾਡੀ ਮਾਤਾ ਨੂੰ ਬੱਚਿਆਂ ਦੀ ਪ੍ਰੋਬਲਮ ਵੀ ਆ ਜਾਂਦੀ ਸੀਗੀ ਬੱਚਿਆਂ ਦੀ ਮਤਲਬ ਬੱਚੇ ਦਾ ਨੁਕਸਾਨ ਹੋਣਾ ਜਾਂ ਬੱਚਾ ਨਾ ਹੋਣਾ ਤੇ ਤੇਰੇ ਡੈਡੀ ਤੇ ਰਹਿਮਤ ਹੋਈ ਹੋਵੇ ਇਹ ਕਿਸੇ ਦਰਬਾਰ ਤੇ ਜਾਂਦੇ ਸੀ ਉਦੋਂ ਨਹੀਂ ਬਾਬਾ ਜੀ ਇਹੋ ਜਿਹੀ ਕੋਈ ਹੈ ਐਵੇਂ ਨਹੀਂ ਵੀ ਦਰਬਾਰ ਤੇ ਕਿਸੇ ਬਾਬੇ ਕੋਲੇ ਜਾਂਦੇ ਸੀਗੇ ਪਿੱਛੇ ਪੁੱਛਿਆ ਮੈਂ ਤੁਹਾਡੀ ਦਾਦੀ ਜੀ ਜਦੋਂ ਤੁਹਾਡੇ ਬਜ਼ੁਰਗ ਹੋਏ ਆ ਜਾਂਦੇ ਸੀਗੇ ਉਹਨਾਂ ਤੇ ਫਿਰ ਉਹ ਦਰਬਾਰ ਤੋਂ ਤੁਹਾਨੂੰ ਦੱਸਿਆ ਨਾ ਵੀ ਉਹਨਾਂ ਰੋਡ ਸੁੱਕਿਆ ਸੀ ਐ ਨਹੀਂ ਯਾਰ ਰੋਡ ਤਾਂ ਬਹੁਤ ਦੀ ਗੱਲ ਹੈ ਵੀ ਜਿਵੇਂ ਕਿਸੇ ਦੇ ਬੱਚਾ ਨਾ ਹੁੰਦਾ ਹੋਵੇ ਮੈਂ ਕਹਿੰਦਾ ਵੀ ਭਾਈ ਆਹ ਬਾਬੇ ਨੂੰ ਪੀਰ ਨੂੰ ਮੰਨ ਲਿਆ ਜਾ ਤੇਰੇ ਮੁੰਡਾ ਹੋ ਜੂ ਐਂ ਕਹਾਣੀ ਬਣੀ ਸੀ ਜਾਂਦੇ ਹੋਣੇ ਬਾਬਾ ਜੀ ਹੈ ਜਾਂਦੇ ਸੀਗੇ ਕਹਿ ਮੁੰਡਾ ਬੋਲ ਓਏ ਆ ਜਾ ਬਾਬਾ
ਸਦਾ ਹੀ ਜੈ ਸਦਾ ਹੀ ਸਰ ਜਿਹੜਾ ਤੁਸੀਂ ਚਿਰਾਗ ਲਾਇਆ ਛੱਡੋ ਜਿਹੜਾ ਦਾਦੀ ਨੂੰ ਜਿਹੜਾ ਤੁਸੀਂ ਚਿਰਾਗ ਲਾਏ ਇਹ ਮੁਸਲਮਾਨ ਤੋਂ ਲਵਾਏ ਸੀ ਨਹੀਂ ਜੀ ਹੈ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਮੁਸਲਮਾਨ ਪੀਰਾਂ ਦੇ ਚਿਰਾਗ ਮੁਸਲਮਾਨ ਦੇ ਹੱਥੋਂ ਹੀ ਲੱਗਦੇ ਆ ਪਤਾ ਹੈ ਪਰ ਕਿਉਂ ਨਹੀਂ ਲਵਾਏ ਉਹ ਡੈਡੀ ਨੇ ਲਵਾਏ ਸੀ ਉਹ ਥੋੜੀ ਜਿਹੀ ਗੁੰਝਲੀ ਤਾਂ ਉਹੀ ਪੁੱਛਣੀ ਸੀ ਕੋਈ ਗੱਲ ਦੱਸੂੰਗਾ ਨੋ ਟੈਨਸ਼ਨ ਭਾਵੇਂ ਸੱਤ ਪੀੜੀਆਂ ਮਗਰ ਲੱਗ ਜਲੀ ਮੈਨੂੰ ਕੋਈ ਟੈਨਸ਼ਨ ਨਹੀਂ ਬਸ ਉਹੀ ਗੁੰਝਲੀ ਪੁੱਛੀ ਚੱਲੇ ਜੀ ਦਾ ਨਾਮ ਦੱਸ ਕੇ ਵੀ ਜੇ ਚਿਰਾਗ ਲਵਾਏ ਲਾਲ ਵਾਲੇ ਵੀ ਤਾਂ ਮੁਸਲਮਾਨ ਦਾ ਸਲਵਾਏ ਸੀ ਪਰ ਉਹਦਾ ਪੀਰ ਨਹੀਂ ਸੁੱਧ ਕਰੇ ਹੈ ਫਿਰ ਇਹ ਗੱਲ ਹੋਰ ਦੱਸ ਤੇਰਾ ਬਾਪੂ ਪੀਰ ਤੇ ਬੋਲੋ ਹੋਇਆ ਸੀਗਾ ਤੇਰੇ ਬਾਪੂ ਨੂੰ ਪ੍ਰੋਬਲਮ ਆ ਜਾਂਦੀ ਸੀ ਉਹਦਾ ਤਾਂ ਪਤਾ ਨਹੀਂ ਹੈ ਉਹਨਾਂ ਨੇ ਨਹੀਂ ਪਤਾ ਜਿਵੇਂ ਹੈ ਕਾ ਚੀਜ਼ ਜੀ ਵੀ ਜਿਵੇਂ ਆਹ ਮਾੜੀ ਮੋਟੀ ਸ਼ਾਂਤ ਜੀ ਪੈਣੀ ਝਟਕੇ ਦੇ ਵੱਜਣੇ ਹਾਂ ਸੀ ਹੁੰਦੇ ਸੀ ਉਹਨਾਂ ਨੂੰ ਹੈ ਸਰੀਰ ਦਾ ਖਾਂਦਾ ਸੀ ਉਹਨਾਂ ਦਾ ਇਹ ਲੜਕਾਂ ਦੇ ਮਾਰ ਦਿੰਦਾ ਸੀ ਇਹ ਹਾਂਜੀ ਹੈ ਨਹੀਂ ਵੀ ਸਾਡੀ ਉਮਰ ਤਾਂ ਸੀ ਕਿ ਸੇਵਾ ਸੋ ਕਰਨ ਲੱਗ ਗਏ ਸੀ ਲੱਗ ਗਏ ਸੇਵਾ ਕਰਨ ਹੈ ਇਹ ਲੋਕਾਂ ਨੂੰ ਬਚਨ ਕਰਦੇ ਸੀ ਵੀ ਹੋ ਜਾਂਦਾ ਸੀ ਕੰਮ ਕੋਸਰਾ ਜੀ ਆਵੇ ਖੇਡਦੀ ਗੁੱਟਾ ਤੇ ਮਾਮ ਸਾਣੀ ਜੀ ਆਵੇ ਖੇਡਦੀ ਗੁੱਟਾ ਤੇ ਮਾਮ ਸਾਣੀ ਜੀ ਆਵੇ ਖੇਡਦੀ ਗੁੱਟਾ ਤੇ ਮਾਮ ਸਾਣੀ ਤੁਸੀਂ ਲਾਇਆ ਇਹ ਸਾਡੇ ਡੈਡੀ ਨੇ ਲਾਇਆ ਹੱਲਾ ਕਿਵੇਂ ਤੇਰੇ ਡੈਡੀ ਕਰਕੇ ਲੱਗਿਆ ਸੀਗੇ ਤੇਰੇ ਡੈਡੀ ਦੇ ਹੱਥੋਂ ਲੱਗਿਆ ਸੀਗੇ ਜਦੋਂ ਉਹਨੇ ਸੇਵਾ ਲਾ ਲਈ ਸੀਗੀ ਉਦੋਂ ਹੀ ਬੰਦ ਕਰ ਲਿਆ ਸੀਗੇ ਜਦੋਂ ਸੇਵਾ ਲਈ ਸੀ ਨਾ ਹਾਂ ਸ਼ਾਇਦ ਦੋ ਹੀ ਲੱਗੇ ਸੀ ਉਦੋਂ ਬਾਅਦ ਪੰਜ ਲਾਏ ਤੇ ਮੈਂ ਇਹੀ ਕਿਹਾ ਵੀ ਸੇਵਾ ਲਾ ਲਈ ਸੀ ਸੀ ਮਤਲਬ ਸੇਵਾ ਲਾਉਣ ਤੋਂ ਬਾਅਦ ਸੀ ਮਤਲਬ ਇਹ ਸੇਵਾ ਲਾਉਣ ਤੋਂ ਇਹਨਾਂ ਨੇ ਬੰਦ ਕਰ ਲਏ ਸੀਗੇ ਬੋਲੋ ਤੇ ਜਿੱਥੇ ਗੱਦੀ ਲੱਗਦੀ ਉੱਥੇ ਪੰਜ ਲੱਗਦੇ ਪਤਾ ਤੈਨੂੰ ਹੈ ਤੇਰਾ ਡੈਡੀ ਬਾਬਾ ਕਮਾਉਣ ਲੱਗ ਪਿਆ ਸੀਗਾ ਕਹਾ ਤੂੰ ਵੀ ਕਹਾ ਕਹਿੰਦਾ ਬਾਬਾ ਸੇਵਾ ਇਹੋ ਜਿਹੀ ਕਰਦਾ ਸੀਗਾ ਦੇਖ ਤੇਰੇ ਬਜ਼ੁਰਗ ਨੇ ਮੇਰਾ ਕੋਈ ਨਾਤਾ ਨਹੀਂਗਾ ਡੈਡੀ ਤੁਹਾਡਾ ਮੇਰਾ ਰਿਸਪੈਕਟਡ ਬਜ਼ੁਰਗ ਆ ਇਹੋ ਜਿਹੀ ਸੇਵਾ ਕਰਦਾ ਸੀਗਾ ਇਹਦੀ ਸੇਵਾ ਪਾਰ ਜਾਣ ਲੱਗ ਪਈ ਸੀ ਬੋਲੋ ਬਹੁਤ ਤਕੜੀ ਸੇਵਾ ਕਰਦਾ ਕਹਿੰਦਾ ਬਾਬਾ ਅੰਨਿਆਂ ਨੂੰ ਨਿਗਾਹ ਤੇ ਗੁੰਗਿਆਂ ਨੂੰ ਬੋਲ ਵੀ ਦਿੰਦੇ ਸੀ ਬੰਦੇ ਨੇ ਹਾਂਜੀ ਮਰਿਆ ਤੇ ਜਾਨਾ ਪਾਉਣ ਲੱਗ ਪਿਆ ਸੀ ਬਹੁਤ ਤਕੜੀ ਸੇਵਾ ਕਰਦਾ ਹੈ ਬੋਲੋ ਬਹੁਤ ਤਕੜੀ ਕਰਦਾ ਸੀ ਸਿਰ ਤੇ ਹੱਥ ਦੇ ਬਹੁਤ ਤਕੜੇ ਬੰਦੇ ਦਾ ਸੀਗਾ ਬਹੁਤ ਤਕੜੇ ਦਾ ਬੋਲੋ ਕਿਸੇ ਮੁਸਲਮਾਨ ਨਾਲ ਯਾਰੀ ਸੀ ਇਹਦੀ ਨਹੀਂ ਜੀ ਹੈ ਇਹ ਸਾਧ ਹੀ ਸੀਗਾ ਉਹ ਸਾਧ ਹੀ ਸੀਗਾ ਚੱਪ ਹੋ ਜਰਾ ਹੋਏ ਮਨ ਮਨ ਦਾ ਮਸਾਣਾ ਦੀਏ ਰਾਣੀਆਂ ਕਰਦਾ ਤੇਰੀਆਂ ਬੇਨਤੀਆਂ ਮਨ ਮਨ ਦਾ ਮਸਾਣਾ ਦੀਏ ਰਾਣੀ ਕਰਦਾ ਤੇਰੀਆਂ ਬੇਨਤੀਆਂ ਹੈ ਕਰੇਲੂ ਸੀਗਾ ਹੈ ਕਰੇਲੂ ਸੀ ਕਰੇਲੂ ਵੀ ਮਤਲਬ ਕੋਈ ਬਾਹਰ ਜੇਲ੍ਹ 'ਚ ਵੀ ਸੇਵਾ ਕਰਦਾ ਸੀ ਕਿ ਘਰੇ ਸੇਵਾ ਕਰਦਾ ਸੀ ਨਹੀਂ ਘਰੇ ਸੇਵਾ ਕਰਦਾ ਹੈ ਘਰੇ ਇਹ ਚਿੱਟੇ ਕੱਪੜੇ ਪਾਉਂਦਾ ਸੀਗਾ ਹੈ ਚਿੱਟੇ ਡੈਡੀ ਵੀ ਚਿੱਟੇ ਪਾਉਣ ਲੱਗ
ਸੋਨਾ ਵੇ ਗੱਦੀ ਵਾਲਿਆ ਇਹ ਸਾਧ ਨੇ ਮੁਸਲਮਾਨਾਂ ਯਾਰੀ ਪਵਾਈ ਤੇ ਲੜੀ ਬਾਅਦ ਚ ਨਹੀਂ ਹੋ ਨਹੀਂ ਸਕਦਾ ਬਾਬਾ ਜੀ ਮੈਂ ਇਹ ਨਹੀਂ ਕਿਹਾ ਤੂੰ ਮੇਰੀ ਗੱਲ ਸਮਝ ਆ ਰਹੀ ਹਾਂਜੀ ਅੰਡਰਸਟੈਂਡ ਵੀ ਜਿਹੜੇ ਪੀਰਾਂ ਦੇ ਪੰਜ ਚਿਰਾਗ ਲੱਗ ਗਏ ਹਾਂਜੀ ਹੈ ਇਹ ਸਾਧ ਨੇ ਮਰਿਆਦਾ ਰੱਖੀ ਸੀ ਪੁੱਤ ਐ ਕੰਮ ਚਲਾਣਾ ਤੇਰਾ ਕੰਮ ਖੜਦਾ ਨਹੀਂ ਹੋਏ ਨਹੀਂ ਬਾਬਾ ਜੀ ਉਹਨੇ ਦੋ ਹੀ ਲਵਾਏ ਸੀ ਹੈ ਉਹਨਾਂ ਦੋ ਹੀ ਲਵਾਏ ਸੀ ਪੀਰ ਦੇ ਨਹੀਂ ਪੀਰ ਦੇ ਲਵਾਏ ਸੀ ਉਹਨਾਂ ਨੇ ਆਪਦੀ ਸੇਵਾ ਦਿੱਤੀ ਸੀ ਤੇ ਦੋ ਹੀ ਚਿਰਾਗ ਲੱਗ ਗਏ ਸਮਝੇ ਨਹੀਂ ਤੁਸੀਂ ਮੇਰੇ ਨੂੰ ਹਾਂਜੀ ਵੀ ਉਦੋਂ ਪੀਰ ਲਾਲਾਂ ਦੀ ਸੇਵਾ ਬੰਦ ਕਰਾਤੀ ਸੀ ਨਹੀਂ ਉਹਨਾਂ ਨੇ ਕੁਝ ਹੀ ਨਹੀਂ ਕਿਹਾ ਸੀਗਾ ਇਹਨਾਂ ਦੇ ਬਾਅਦ ਚ ਉਦੋਂ ਦੋ ਚਿਰਾਗ ਲਵਾ ਗਏ ਸੀ ਉਸ ਤੋਂ ਬਾਅਦ ਇਹਨਾਂ ਆਪਦੀ ਆਪ ਜਦੋਂ ਤੁਸੀਂ ਗੱਲ ਨੂੰ ਅੰਡਰਸਟੈਂਡ ਕਰੋ ਵੀ ਉਹ ਬਜ਼ੁਰਗ ਨੇ ਤੇ ਕਰਤੀ ਰਹਿਮਤ ਉਦੋਂ ਬਾਅਦ ਤੇਰੇ ਡੈਡੀ ਨੇ ਮੁਸਲਮਾਨ ਪੀਰਾਂ ਨਾਲ ਯਾਰੀ ਪਾ ਲਈ ਮੈਂ ਕਹਾਂ ਆ ਕਹਿ ਰਿਹਾ ਹਾਂਜੀ ਹੈ ਹੁਣ ਗੱਲ ਸਮਝੋ ਵੀ ਤੇਰਾ ਡੈਡੀ ਇਹਨੂੰ ਆਪਦੀ ਤਨ ਮਨ ਜਾਨ ਮੰਨਦਾ ਸੀਗਾ ਹਾਂਜੀ ਬੋਲੋ ਇਹ ਹੋਰ ਪਿੰਡ ਦਾ ਸੀਗਾ ਕੌਣ ਜਿਹੜਾ ਇਹ ਬਜ਼ੁਰਗ ਸੀਗਾ ਹਾਂਜੀ ਹੋਰ ਪਿੰਡ ਦਾ ਹੈ ਇਹ ਪਿੱਛੋਂ ਤੁਰਦਾ ਸੀ ਇਹ ਹਾਂਜੀ ਹੈ ਕਿਵੇਂ ਤੁਸੀਂ ਕਹਿੰਦੇ ਕੁਛ ਨੀ ਲੱਗਦਾ ਇਹ ਕਹਿੰਦਾ ਮੈਦਾ ਦੇ ਪਿਓ ਦਾ ਖਸਮ ਸੀਗਾ ਨਹੀਂ ਉਹ ਬਾਬਾ ਜੀ ਉਹ ਨੀ ਉਹਨੂੰ ਪਾਸੇ ਘਰ ਕਰ ਹੀ ਤੂੰ ਸ਼ੋਰ ਨੀਗਾ ਵੀ ਉਹੀ ਹੈ ਮੈਂ ਨੀ ਕਹਿੰਦਾ ਉਹ ਹੈ ਤੇਰੇ ਬਾਪੂ ਚ ਇੰਨੀ ਪਾਵਰ ਆ ਗਈ ਸੀ ਉਹਨੇ ਜਾਣ ਤੋਂ ਪਹਿਲਾਂ ਦੱਸਤਾ ਸੀ ਇੰਨੇ ਟਾਈਮ ਤੋਂ ਪਹਿਲਾਂ ਮੈਂ ਜਾਊਂਗਾ ਬੋਲੋ ਨਾਨਾ ਸੀ ਉਹ ਨਾਨਾ ਉਹ ਸਾਧ ਸੀ ਚਾ ਗਈ ਹੈ ਉਹ ਸਾਧ ਸੀਗਾ ਖੜ ਜਾ ਹਜੇ ਤਾਂ ਪਾਪਾ ਮੈਨੂੰ ਪਹੁੰਚਣ ਦੇ ਇੱਕ ਤਾਂ ਦੋਵੇਂ ਇਹ ਖੜੇ ਆ ਹੁਣ ਮੁੜ ਕੇ ਜਦ ਨਾਨਕਿਆਂ ਦੇ ਵੀ ਗੱਦੀ ਸੀਗੀ ਤੇਰੇ ਨਾਨਕਿਆਂ ਦੇ ਵੀ ਗੱਦੀ ਸੀਗੀ ਉੱਥੇ ਵੈਸ਼ਨੂੰ ਗੱਦੀ ਸੀਗੀ ਝੁੰਡ ਨੇ ਫੜ ਲਿਆ ਤੁਹਾਨੂੰ ਹੈ ਹੁਣ ਉਹੀ ਸੇਵਾ ਭਾਲਦੇ ਆ ਤੁਹਾਡੇ ਕੋਲੋਂ ਆ ਮੁੰਡੀ ਆ ਬਾਪੂ ਕਰੀ ਜਾਂਦਾ ਸੇਵਾ ਹੈ ਬਾਪੂ ਕਰੀ ਜਾਂਦਾ ਬਾਪੂ ਤਾਂ ਮੇਰਾ ਵੀ ਸੇਵਾ ਕਰੀ ਜਾਂਦਾ ਮੈਨੂੰ ਕਿਹੜੀ ਸ਼ਰਤ ਮਾਉਂਦੀ ਉਹ ਬੈਠਾ ਇੱਕੋ ਡੜੀ ਆ ਮੇਰਾ ਵੀ ਆਈ ਐਮ ਵੈਲ ਗ੍ਰੈਜੂਏਟ ਵਿਦ ਬੀਕਾਮ ਐਂਡ ਆਈ ਗੈਟ ਫਸਟ ਡਿਵੀਜ਼ਨ ਇਨ ਮਾਈ ਜਸਟ ਆਈ ਐਮ ਗੈਟ ਗਵਰਨਮੈਂਟ ਜੋਬ ਐਂਡ ਲੀਵ ਵਿਦ ਮਾਈ ਪਰਮਿਸ਼ਨ ਮਾਈਸੈਲਫ ਠੀਕ ਹੈ ਜੀ
ਹੈਲੋ ਹਾਂ ਸੁਣੀ ਜਾਂਦੇ ਆ ਮੈਨੂੰ ਸਿਰ ਘੁਮਾਉਣ ਦੀ ਜ਼ਰੂਰਤ ਨਹੀਂ ਹੈਗੀ ਸੀ ਸਮਝ ਗਏ ਸੱਚ ਕਹੀ ਜਾਂਦੇ ਤੁਸੀਂ ਬੀ ਟੈਕ ਕਰ ਰੱਖੀ ਹੈ ਬੀ ਕੌਮ ਬੀ ਟੈਕ ਨਹੀਂ ਬੀ ਕੌਮ ਕਰ ਰੱਖੀ ਹੈ ਹਾਂ ਪਰ ਮੈਂ ਸਿਰ ਘੁਮਾਉਣਾ ਨਾ ਕਿਉਂਕਿ ਇਹ ਵੀ ਉਮਰ ਦੀ ਹੈ ਗਰਮ ਖੂਨ ਨਾਲ ਚੱਲਦੀ ਹੈ ਜਦੋਂ ਉਮਰ ਲੰਘਦੀ ਹੈ ਤੇ ਇਹ ਵੀ ਖਿੰਦਰ ਜਾਂਦੀ ਹੈ ਹੈਲੋ ਹਾਂਜੀ ਦੇਵਤੇ ਚੜ੍ਹਦੇ ਆ ਨਾ ਜਦੋਂ ਤੇ ਸੂਤ ਦਿੰਦੇ ਆ ਦੇਖ ਪਾਣੀ ਮਾਈ ਹਲਕੇ ਲੈ ਕੇ ਨਹੀਂ ਕੀਤੀ ਕੋਈ ਕਰਕੇ ਵਿੱਚ ਮੈਂ ਦੱਸਣੀ ਗੱਲ ਤੁਸੀਂ ਪੱਲੇ ਬੰਨਣੀ ਬੰਨਣੀ ਕੋਈ ਮਤਲਬ ਨਹੀਂ ਮੈਨੂੰ ਤੁਸੀਂ ਆਏ ਹੋ ਸਤਿਕਾਰ ਨਾਲ ਗੱਲ ਕਰੋ ਸਤਿਕਾਰ ਨਾਲ ਗੱਲ ਕਰ ਰਿਹਾ ਠੀਕ ਹੈ ਖਲਾਰਾ ਗੱਡੀ ਦਾ ਹੈਲੋ ਹੈ ਜਿਹੜਾ ਇੱਧਰ ਦੇ ਪਾਸੇ ਬੰਦਾ ਖੜਾ ਨਹੀਂ ਖਲਾਰਾ ਹੈਗਾ ਆਈ ਤਾਂ ਪੁੱਛਣਾ ਚਾਹੁੰਦੇ ਸੀ ਬੇਗਲਾ ਸਾਨੂੰ ਕੋਈ ਕਲੀਅਰ ਕਨਫਰਮ ਦੱਸਦਾ ਨਹੀਂ ਸੀ ਜਿਹੜਾ ਇਸ ਪਾਸੇ ਬੰਦਾ ਖੜਾ ਇਹਦੇ ਖੜੇ ਦੀ ਅੱਖਾਂ ਮੈਚ ਜਾਂਦੇ ਆ ਪੁੱਛੋ ਇਹਨੂੰ ਹੈਲੋ ਇਹਦੀ ਖੜੇ ਦੀ ਸੁਰਤੀ ਲੱਗ ਜਾਂਦੀ ਹੈ ਹੈ ਲੋਕ ਕਹਿੰਦੇ ਕਮਲਾ ਉਹ ਹੀ ਬੋਲੀ ਜਾਂਦਾ ਕਹਿੰਦੇ ਆ ਨਾ ਹਾਂ ਪਤੰਦਰ ਪਾਈ ਬੈਠਾ ਸੂਤ ਦੇ ਧਾਗੇ ਦਾ ਗੇੜਾ ਕੋਸਤਾ ਨਾਨਕਾ ਦਾ ਦਰਦੇ ਆ ਵੀ ਸਾਧ ਕੱਪੇ ਆ ਹੈ ਕੋਸਾ ਤੇਰਾ ਡੇਡੇ ਦਾ ਸਾਧ ਤੇਰਾ ਗੁਰੂ ਸੀਗਾ ਇਹ ਉਦੂ ਚੰਦਰਾ ਸੀਗਾ ਇਹਦਾ ਗਾਲ ਕੱਢ ਕੇ ਕੰਮ ਲੈਂਦਾ ਸੀ ਦੇਵਤਿਆਂ ਨੂੰ ਗਾਲ ਹੀ ਕੱਢਦਾ ਹਾਂ ਇਹ ਤਾਂ ਗਾਲ ਹੀ ਕੱਢਦਾ ਜਾਂਦਾ ਤੇ ਹੁਣ ਫਿਰ ਹੁਣ ਆਪਾਂ ਗਾਲ ਕਿਉਂ ਕੱਢੀ ਆ ਆਪਣੇ ਤਾਂ ਪਾਰ ਨਹੀਂ ਮੈਂ ਤਾਂ ਕੱਢਾ ਮੈਂ ਤਾਂ ਇਹ ਕਿਹਾ ਵੀ ਸੋਝ ਹੁੰਦਾ ਕਿਵੇਂ ਕਰਕੇ ਇਹਦੇ ਨਾਲ ਮੈਂ ਥੱਕਿਆ ਪਿਆ ਬਾਹਲੇ ਦਿਨ ਹੋ ਗਏ ਲਗਾਤਾਰ ਹੀ ਦੁਕਾਨ ਚੱਲੀ ਤੇ ਅਗਲੇ ਸ਼ੁੱਕਰਵਾਰ ਤੱਕ ਰੈਗੂਲਰ ਹੀ ਆ ਸ਼ਨੀਵਾਰ ਤੋਂ ਬ੍ਰੇਕ ਆ ਦੁਬਾਰਾ ਫਿਰ ਲਗਾਤਾਰ ਹੀ ਆ ਤੇ ਨਹੀਂ ਪਤਾ ਫਿਰ ਪੱਪਾ ਜਾਂ ਬੰਦਾ ਸਾਡੇ ਕਿਵੇਂ ਅੱਖਾਂ ਕਿਵੇਂ ਹੋਈਆਂ ਅੱਜ ਵੀ ਸਰਸੇ ਦਵਾਏ ਆ ਰੈਗੂਲਰ ਜੇ ਤੋ ਸਿੱਧਾ ਹੀ ਫਿਰ ਫਰੀਦਕੋਟ ਦਵਾਉਣਾ ਸਾਡਾ ਕੱਲ੍ਹ ਪਰਸੋਂ ਚੰਡੀਗੜ੍ਹ ਦਵਾਉਣਾ ਸਿੱਧਾ ਹੀ ਰੈਸਟ ਨਹੀਂ ਹੈਗੀ ਤਾਂ ਬਹਿ ਗਿਆ ਸੀਗਾ ਕਿਤੇ ਨਾ ਕਿਤੇ ਬਾਬਾ ਕਿਤੇ ਰੋਤੇ ਬਹਿ ਗਿਆ ਗੱਲ ਇਹ ਆ ਵੀ ਰੌਲਾ ਗੱਦੀ ਦਾ ਹੈ ਹੁਣ ਇਹ ਦੱਸੋ ਜਿਨਕੋ ਪ੍ਰੇਮ ਕਰਨ ਕਾ ਚਾਓ ਸੀਸ ਤਲੀ ਤਰਕੇ ਗਲੀ ਮੇਰੀ ਆਓ ਦੱਸੋ ਵੀ ਹੁਣ ਤੁਹਾਡੇ ਤਿੰਨਾਂ ਚੋਂ ਕਿਹਦੇ ਚ ਦਾਵਾਂ ਭਾਪਾ ਬਣਾਉਂਦਾ ਦੇਵਤੇ ਤਾਂ ਆ ਛੱਡਦੇ ਆ ਅੱਛਾ ਵੀ ਉਹ ਕਹਿੰਦੇ ਵੀ ਇੱਕ ਜਣਾ ਸੇਵਾ ਕਰੋ ਕਰਨੀ ਪਊਗੀ ਸਮਾਂ ਪੈ ਕੇ ਤਾਂ ਮੁੱਖ ਮੰਤਰੀ ਬਦਲ ਜਾਂਦਾ ਹੈ ਰਾਸ਼ਟਰਪਤੀ ਬਦਲ ਜਾਂਦਾ ਬਾਪੂ ਜਲਮ ਤਾਂ ਹੁੰਦਾ ਹੈ ਪਰ ਤਾਕਤ ਨਹੀਂ ਹੁੰਦੀ ਨਹੀਂ ਉਹਨਾਂ ਦੇ ਡੈਡੀ ਜੀ ਦੀ ਹੁਣ ਨਜ਼ਰ 'ਚ ਪ੍ਰੋਬਲਮ ਕੀ ਹੈ ਉਹਨਾਂ ਨਜ਼ਰ 'ਚ ਕੀ ਪ੍ਰੋਬਲਮ ਆ ਕਾਫੀ ਟਾਈਮ ਤੋਂ ਮਸਾਣੀ ਫੜਦੀ ਆ ਨਿਗਾਹ ਨੂੰ ਆ ਸਰੀਰ ਮਸਾਣੀ ਫੜਦੀ ਆ ਜਦੋਂ ਮੁੰਡਾ ਪੁੱਛ ਕੇ ਮੈਂ ਮਸਾਣੀ ਦਾ ਭਜਨ ਗਾਇਆ ਸੀ ਨਾ 33 ਕਰੋੜ ਦੇਵੀ ਦੇਵਤੇ ਦੀ ਅਗਵਾਨ ਆ ਮਸਾਣੀ ਰੌਲਾ ਕਿਸੇ ਦੇਵਤੇ ਦਾ ਹੋਵੇ ਪਹਿਲਾਂ ਜਾ ਕੇ ਘੁੰਡੀਆਂ ਨੇ ਪਾਉਣੀਆਂ ਸਾਧਨਾ ਇਹ ਚੱਲਦੀ ਪੀੜਾਂ ਨਾਲ ਇਹ ਚੱਲਦੀ ਕਾਲਕਾਂ ਨਾਲ ਇਹ ਚੱਲਦੀ ਸ਼ਾਮ ਕੁਰ ਨਾਲ ਇਹ ਚੱਲਦੀ ਭੂਤਾਂ ਪ੍ਰੇਤਾਂ ਨਾਲ ਇਹ ਚੱਲਦੀ ਆ ਤੁਹਾਡਾ ਸਾਧ ਬਹੁਤ ਕੱਬਾ ਭੂਤ ਭਾਤ ਨਹੀਂ ਵੜਦੇ ਇੱਥੇ ਨਾ ਵੜਨ ਨਹੀਂ ਵੜਦੇ ਹਾਂ ਆ ਵੱਡੇ ਵੱਡੇ ਜਿਹੜੇ ਖੜੇ ਦਿੱਗਜ ਇਹਨਾਂ ਨੂੰ ਸਾਂਭ ਲਓ ਕਹਾਣੀ ਇਹ ਹੈ ਵੀ ਇੱਕ ਨੂੰ ਸਿਰ ਦੇਣਾ ਪਊਗਾ ਹਲਾਲ ਹੋਣਾ ਪਊਗਾ ਇਹ ਹੁਣ ਰਾਇ ਕਰ ਲਓ ਵੀ ਹਲਾਲ ਕਿਵੇਂ ਹੋਣਾ ਤੇ ਚੰਗਾ ਜਿਹਾ ਭਾਪਾ ਵੇਖ ਲਓ ਜਿਹੜਾ ਪਾਰ ਲਾ ਦੇਵੇ ਗੱਲ ਦੇ ਪੜਦੀ ਆ ਬਾਪੂ ਗੱਦੀ ਕਰੂਗਾ ਦਾਨ ਆਪਦਾ ਖੂਨ ਗੁਰੂ ਬਣਦਾ ਨਹੀਂ ਆਪਦਾ ਖੂਨ ਨਹੀਂ ਗੁਰੂ ਬਣਦਾ ਹੁੰਦਾ ਛੱਡੋ ਹੁਕਮ ਭੈਣ ਨੇ ਕੀ ਕਿਹਾ ਉਹ ਗੱਲ ਛੋਟ ਬੀਬੀ ਐਡੇ ਐਡੇ ਸਾਧ ਫਿਰਦੇ ਕਰਿਆ ਕਰਿਆ ਕਿਵੇਂ ਹੋਜੂ ਮੈਂ ਨੀ ਝੂਠ ਮਾਰਨਾ ਜੇ ਕਹਿੰਦੇ ਆ
ਤੇ ਤਿੰਨ ਗੁਆਂਢੀਆਂ ਦਾ ਨਾਮ ਵੀ ਲਿਆ ਦਿੰਦਾ ਤੇ ਫਿਰ ਮੈਨੂੰ ਪੈਸੇ ਵੀ ਹੱਸ ਕੇ ਦੇ ਦੇ ਪਰ ਫਿਰ ਉਹ ਰੌਂਗ ਹੋ ਜੂਗਾ ਦਰਬਾਰ ਚ ਖੜ ਕੇ ਝੂਠ ਮਾਰਨ ਦੀ ਮੈਨੂੰ ਸਜ਼ਾ ਮਿਲੂਗੀ ਪੈਸੇ ਜਿੰਨੇ ਮਰਜ਼ੀ ਲੈਣਾ ਮੈਂ ਪਰ ਖਲਾਰਾ ਨਦੀ ਦਾ ਹੀ ਪਿਆ ਪਿਆ ਛੋਟੇ ਭਾਈ ਸਾਰਾ ਪਰਿਵਾਰ ਫੜਿਆ ਜਾਂਦਾ ਸਾਰਾ ਪਰਿਵਾਰ ਸਮਥਿੰਗ ਸਾਰਾ ਪਰਿਵਾਰ ਏਕੜਾ ਵਿਚਾਰੀ ਕਲਮੇ ਜਾਂਦੀ ਹੈ ਗੱਲ ਸਮਝ ਚ ਆ ਗਈ ਹੈ ਇਹ ਕਾਗਜ਼ ਨੂੰ ਰੋਕ ਪਾਉਂਦੇ ਜੀ ਇਹ ਦੁਖੀ ਹੈ ਤਾਂ ਤੁਸੀਂ ਪਹਿਲਾਂ ਦੁਖੀ ਹੈ ਬੋਲੋ ਤੇ ਸਾਰੇ ਘਰ ਦੀ ਰੀੜ ਦੀ ਹੱਡੀ ਤੂੰ ਹੈ ਹੈਲੋ ਹਨਾ ਉਹ ਰੀੜ ਦੀ ਹੱਡੀ ਤੇ ਜ਼ੋਰ ਪੈਂਦਾ ਹੁੰਦਾ ਪਤਾ ਜੇ ਮੇਰੀ ਗੱਲ ਗਲਤ ਹੈ ਦੱਸ ਹੈ ਗੱਲ ਇਹ ਨਿਬੜਦੀ ਹੈ ਵੀ ਪਾਪਾ ਕਿਹੜਾ ਬਦਲੂਗਾ ਪਾਪੇ ਤੇ ਨਿਬੜੂਗਾ ਉਧਰ ਦਾ ਪਾਪਾ ਗੱਦੀ ਦਾਨ ਕਰੂਗਾ ਤੇ ਜਿਹੜਾ ਪਾਪਾ ਬਣਾਓਗੇ ਉਹ ਗੱਦੀ ਸੁੱਧ ਕਰਕੇ ਹੱਥ ਧਰੂਗਾ ਤੇ ਜਿਵੇਂ ਬਾਪੂ ਕੰਮ ਕਰਦਾ ਸੀਗਾ ਉਵੇਂ ਕੰਮ ਚੱਲੂਗਾ ਤੇ ਉਵੇਂ ਚਿੱਟੇ ਕੱਪੜੇ ਪਾ ਕੇ ਗੱਦੀ ਤੇ ਬਹਿਣਾ ਬੈਠਾਊਗਾ ਮੈਂ ਤਾਂ ਜਪਾਈ ਫਿਰਦਾ ਰੰਗ ਬਿਰੰਗੇ ਇਹ ਤਾਂ ਚਿੱਟੇ ਹੀ ਪਹਿਣਗੇ ਜਦੋਂ ਗੱਦੀ ਤੇ ਬਹਿਣਾ ਹਾਂ ਛੇਤੀ ਦੱਸੋ ਪੁੱਛਾ ਦੋ ਦਿਨ ਹੈਗੇ ਤੇ ਮੇਰੇ ਵੀ ਅੰਦਰ ਡਾਊਨ ਹੁੰਦਾ ਜਾਂਦਾ ਜਿਵੇਂ ਜਿਵੇਂ ਟਾਈਮ ਵੱਧ ਜਾਂਦਾ ਚਲੋ ਸਲਾਹ ਕਰਕੇ ਫਿਰ ਦੱਸਾਂਗਾ ਇੱਕ ਵਾਰੀ ਤਿੰਨੇ ਭਰਾ ਇਹ ਸਲਾਹ ਕਰੋ ਵੀ ਇਹਨਾਂ ਨੂੰ 200 ਰੁਪਏ ਕਿਹੜਾ ਟੇਕੂਗਾ ਨਹੀਂ ਟੇਕ ਦੇਣਗੇ ਟੇਕੋ ਭਰਾ ਜੋ ਤੇ ਬਾਕੀ ਸਲਾਹ ਕਰਾਂਗੇ ਚਲੋ ਬੱਚੋ ਭਾਈ ਮਰਜ਼ੀ ਆ ਫਕੀਰ ਵੀ ਤਾਂ ਆਪਣੇ ਹੀ ਆ ਮਾਤਾ ਬੈਠ ਕੇ ਗੱਲ ਕਰ ਰਹੇ ਹੋ ਬਾਬਾ ਜੀ ਕਹਿ ਰਹੇ ਜਦੋਂ ਆਪਣੇ ਘਰ ਦੀ ਗੱਲ ਹੈ ਦੱਸ ਕੇ ਜਾਣਗੇ ਤੁਹਾਨੂੰ ਇੱਥੇ ਆ ਭਾਈ ਸੁਬਾ ਬੈਠ ਕੇ ਪੁੱਛ ਲਿਓ ਭੈਣੇ ਇਹ ਨਹੀਂ ਵੀ ਤੇਰੀ ਗੱਲ ਮੈਥੋਂ ਵੀਰੀ ਆ ਪਰ ਗੱਲ ਇਹ ਆ ਬੀਬੀ ਸਪੈਸ਼ਲ ਪੁੱਛਣ ਵਾਸਤੇ ਆਈ ਹੈ ਤੇ ਮੈਂ ਪੁੱਛ ਕੇ ਆਣਾ ਹੈ ਕੀ ਗੱਲ ਹੈ
ਹੈ ਗੁੱਸਾ ਨਾ ਕਰੀ ਫਿਰ ਹੱਥ ਵਧਾ ਕੇ ਹੈ ਪਿੰਡ ਕਿਹੜਾ ਕੋਈ ਗੱਲ ਨੀ ਭਾਵੇਂ ਪਰਲੇ ਪਾਸੇ ਬਾਰਡਰ ਤੇ ਤਾਂ ਵੀ ਕੋਈ ਗੱਲ ਨੀ ਹੈ ਉਹ ਦਰ ਤੇ ਰਹਦੇ ਆ ਕੇ ਮਡੀਕਾ ਕਰਦਾ ਅੰਡਰ ਦੀਆਂ ਹਾ ਦੋਦੇ ਵਾਲਾ ਬਾਬਾ ਟੱਪ ਗਿਆ ਤਾਰ ਸਦਾ ਬੰਦੂ ਘਰ ਵਾਲੇ ਦੇ ਬੱਚੇ ਮਾਰੇ ਠੀਕ ਹੈ ਇਸ ਬੰਦੇ ਨੂੰ ਘਰ ਤੋਂ ਬਾਹਰ ਕਰ ਦਿਓ ਇੱਕ ਵਾਰੀ ਬਾਹਰ ਕੌਣ ਕਰਨਾ ਕਰੇ ਫਿਰ ਹੁਣ ਵੀ ਨਹੀਂ ਬਾਹਰ ਆਡਰ ਨਹੀਂ ਹੈ ਮੈਂ ਘਰੇ ਰੱਖਣਾ ਹੈਗਾ ਬਾਹਰ ਜਦੋਂ ਉਸ ਗੱਲ ਤੇ ਆ ਮੇਰੀ ਤੇ ਪਹਿਲਾਂ ਵਾਲੀ ਤੇ ਵੀ ਸੇਵਾ ਤਾਂ ਮੈਂ ਵੀ ਕਰਦੀ ਹਾਂ ਦੇਵੀ ਦੇ ਹਰ ਜਾ ਹਜੇ ਤਾਂ ਰੁਕ ਜਾ ਬ੍ਰੇਕ ਤਾਂ ਲਾ ਤਾਂ ਮੈਂ ਭਾਲੂੰਗਾ ਮੈਨੂੰ ਵੀ ਪਤਾ ਲੱਗਾ ਮੈਨੂੰ ਪਤਾ ਨਹੀਂ ਰੋਜ਼ ਕੌਣ ਬੰਦਾ ਬੋਲਦਾ ਮੈਨੂੰ ਵੀ ਪਤਾ ਇਹਦੇ 'ਚ ਬਾਬਿਆਂ ਦਾ ਕੀੜਾ ਹੋਵੇ ਉਹ ਹੀ ਬੋਲਦਾ ਹੁੰਦਾ ਹੈ ਕਿਉਂ ਬਾਬਾ ਗਲਤ ਗੱਲ ਹੈ ਵੀ ਇਹ ਵੇਖਣਾ ਵੀ ਕੀ ਪ੍ਰੋਬਲਮ ਬਣੀ ਪਈ ਬੋਲੋ ਹੈ ਚਲੋ ਮੁੰਡੇ ਪਾਓ ਕਿਹੜਾ ਹੋਏ ਦੁਗਣ ਚ ਚੱਕੋ ਦੁਗਣ ਗੱਦੀ ਕਾਲੇ ਲੰਮ ਦੀ ਸੀਗੀ ਹੈ ਕਾਲੇ ਲੰਮ ਦੀ ਗੱਦੀ ਬੀਬੀ ਗੱਦੀ ਸਾਹ ਤਿੰਨ ਹੈ ਇੱਕ ਜਨਾਨੀ ਦੀ ਸੇਵਾ ਵੀ ਹੈਗੀ ਹੈ ਇੱਕ ਜਨ ਦੀ ਸੇਵਾ ਵੀ ਹੈਗੀ ਹੈ ਕਿ ਪਤਾ ਹੀ ਨਹੀਂ ਨਿਸ਼ਾਨੇ ਬਾਬਾ ਸੰਨ ਸੰਨ ਕੇ ਰੱਖ ਦੋ ਦਿਮਾਗ ਦੀਆਂ ਨਾੜਾਂ ਬਣ ਕੇ ਰੱਖ ਦੋ ਦਿਮਾਗ ਦੀਆਂ ਨਾੜਾਂ ਬਣ ਕੇ ਜਿਹੜੀ ਗੱਲ ਹੋਈ ਨੋਰਮਲੀ ਕਰੂੰਗਾ ਤੁਸੀਂ ਆਖਿਆ ਵੀ ਇਹ ਤੇ ਸੇਵਾ ਹੈ ਪਰ ਝਟਕੇ ਤੈਨੂੰ ਵੀ ਵੱਜਦੇ ਸੀ
ਹੈ ਤੇਰੇ ਪੇਕਿਆਂ ਦੇ ਵੀ ਗੱਦੀ ਸੀ ਹੈ ਸੰਗ ਤੇਰੇ ਚੱਲਦੀਆਂ ਕਾਲੀਆਂ ਮਸਾਣੀਆਂ ਸੰਗ ਤੇਰੇ ਚੱਲਦੀਆਂ ਕਾਲੀਆਂ ਮਸਾਣੀਆਂ ਘੋੜੀਆਂ ਬਣਾਈਆਂ ਦੋਵੇਂ ਕਟਕਾਂ ਨੂੰ ਖਾਣੀਆਂ ਘੋੜੀਆਂ ਬਣਾਈਆਂ ਦੋਵੇਂ ਕਟਕਾਂ ਨੂੰ ਖਾਣੀਆਂ ਸੰਗ ਤੇਰੇ ਚੱਲਦੀਆਂ ਕਾਲੀਆਂ ਮਸਾਣੀਆਂ ਸੰਗ ਤੇਰੇ ਚੱਲਦੀਆਂ ਕਾਲੀਆਂ ਮਸਾਣੀਆਂ ਰੱਬ ਨੇ ਲੰਗਣਾ ਲਾ ਦਿੱਤੀ ਸੀ ਘਰੇ ਹਾਂ ਬਾਬਾ ਜੀ ਕਿਸੇ ਗੱਲ ਦੀ ਕਮੀ ਨਹੀਂ ਸੀ ਨਾ ਸੰਗਤ ਦੀ ਕਮੀ ਸੀ ਨਾ ਪੈਸੇ ਦੀ ਕਮੀ ਸੀ ਚਲੇ ਗੰਨਵਾਂ ਦਾ ਪੂਰੇ ਸੀਗੇ ਹੈ ਤੇ ਹੁਣ ਬੇੜਾ ਧੋਤਾ ਗਿਆ ਕੋਈ ਇੱਕ ਸਾਲ ਸੀ ਮਹੀਨਿਆਂ ਦਾ ਨਹੀਂ ਕਾਲੀ ਸਾਲ ਹੋ ਗਏ ਪਹਿਲਾ ਬਾਬਾ ਜੀ ਤੋਂ ਪੁੱਛ ਕਰੇ ਪੁੱਛ ਲਿਆ ਕਰੋ ਫਿਰ ਬੋਲਿਆ ਕਰੋ ਜਦੋਂ ਗੱਦੀ ਸਹੀ ਚੱਲਦੀ ਸੀ ਉਦੋਂ ਵੀ ਕਿਸੇ ਤੀਜੇ ਬੰਦੇ ਨੂੰ ਲੈ ਕੇ ਕਲੇਸ਼ ਹੋ ਗਿਆ ਸੀ ਐਵੇਂ ਤੇਰਾ ਸਰੀਰ ਵੀ ਫੜਿਆ ਗਿਆ ਸੀ ਬੋਲੋ ਹੈ ਗੱਲਾਂ ਤੋਂ ਨਾ ਤਾਂ ਬੱਚਿਆਂ ਦੇ ਵੀ ਕਾਰੋਬਾਰ ਸੈੱਟ ਹੁੰਦੇ ਆ ਹੈ ਤੇ ਬੱਚੇ ਗੁੱਸਾ ਨਾ ਕਰਿਓ ਬੱਚੇ ਵੀ ਜਿਵੇਂ ਅੱਗੇ ਬੋਲਣ ਵਾਲੇ ਕਹਾਣੀ ਕਹਾਣੀ ਸ਼ੁਰੂ ਹੋਣੀ ਹਾਂਜੀ ਹਾਂਜੀ ਹੈ ਹੈ ਦੋ ਹੈ ਤਿੰਨ ਬੱਚੇ ਬੋਲਦੇ ਦੋ ਹੈ ਦੋ ਮੁੰਡੇ ਕੁੜੀਆਂ ਬੋਲਦੇ ਦੋ ਹੈ ਹੈ ਕਹਿ ਬੋਲ ਜਿਹੜਾ ਹੋਏ ਇੱਥੇ ਨਾ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਅਜੇ ਤਾਂ ਬੋਲ ਜ਼ੁਬਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਅਜੇ ਤਾਂ ਸਾਧ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਅਜੇ ਤਾਂ ਸਾਰੇ ਪਰਿਵਾਰ ਦੀ ਮਾਤੀ ਜੀ ਮਾਰੀ ਰਹਿੰਦੀ ਹੈ
ਹੈ ਸਭ ਤੋਂ ਪਹਿਲਾਂ ਤਾਂ ਗੱਦੀ ਵਾਲਾ ਬਜ਼ੁਰਗ ਪਿੱਛੇ ਹਟ ਗਿਆ ਮਾਈਕ ਕਾਲਕਾ ਪਿੱਛੇ ਹਟ ਗਿਆ ਸਹੀ ਗੱਲ ਜਿਹੜੇ ਦੋਵੇਂ ਕੰਮ ਕਰਦੇ ਸੀ ਤੇਰੇ ਨਾਲ ਹਾਂਜੀ ਹਾਂਜੀ ਹੈ ਅੰਗ ਸੰਗ ਰਹਿੰਦੇ ਤੇ ਇੱਕ ਗੱਲ ਹੋਰ ਦੱਸੇਗਾ ਮੈਨੂੰ ਆ ਜਿਹੜੀ ਗੱਦੀ ਜਨਾਨੀ ਸਿੱਧਾ ਕੰਮ ਲੈਂਦਾ ਸੀ ਤੂੰ ਸਾਡੇ ਬਜ਼ੁਰਗ ਹੀ ਲੈਂਦੇ ਸੀ ਪਹਿਲਾਂ ਦਾ ਤੂੰ ਨਹੀਂ ਕੰਮ ਲਿਆ ਤੂੰ ਕੰਮ ਮੈਂ ਤਾਂ ਬਾਬਿਆਂ ਨੇ ਦੱਸਿਆ ਸੀ ਵੀ ਐਂ ਕਰਕੇ ਐਂ ਲਾਇਆ ਕਰ ਦੋ ਲੱਡੂ ਲਾਉਂਦਾ ਹੁੰਦਾ ਸੀ ਉਹ ਤਾਂ ਮੈਂ ਦੱਸ ਦੂੰਗਾ ਦੋ ਲੱਡੂ ਲਾਉਂਦਾ ਸੀ ਮੈਂ ਤਾਂ ਉਹ ਤਾਂ ਮੈਂ ਦੱਸ ਦੂੰਗਾ ਠੀਕ ਹੈ ਉਹੀ ਮੈਂ ਲਾਉਂਦਾ ਸੀ ਬਸ ਉਹੀ ਲਾਈ ਜਾਂਦੇ ਆਪਾਂ ਪਰ ਗੱਲ ਬਣਦੀ ਨਹੀਂ ਹਾਂ ਗੱਲ ਬਣਦੀ ਨਹੀਂ ਪਹਿਲਾਂ ਗੱਲ ਨਹੀਂ ਬਣ ਜਾਣਾ ਇੱਕ ਦਾ ਸਾਲ ਪਿੱਛੇ ਹਟ ਗਿਆ ਇੱਕ ਹਟ ਗਈ ਮਾਈ ਕਾਲਕਾ ਤੇ ਮਾਈ ਮਸਾਣੀ ਪਿੱਛੇ ਹਟ ਗਏ ਜਿਹੜੀ ਮਦਦ ਕਰਦੇ ਸੀ ਪਹਿਲਾਂ ਤੇਰੇ ਬਰਾਬਰ ਚਲੇ ਰਹਿੰਦੇ ਸੀ ਤੇ ਪਿੱਛੇ ਹਟੇ ਵੀ ਇਹ ਪਿੱਛੇ ਹਟਾਏ ਗਏ ਆ ਬੋਲੋ ਮੈਨੂੰ ਇਹ ਗੱਲ ਦੱਸੀ ਗੁੱਸਾ ਨਹੀਂ ਕਰਨਾ ਨਾ ਝੂਠ ਮਾਰਨਾ ਤੇਰੀ ਗੱਦੀ ਪਿੱਛੇ ਵੀ ਰੋਲਾ ਪੈ ਗਿਆ ਸੀ ਤੇਰੇ ਤੋਂ ਭਰੋਸਾ ਮੈਨੂੰ ਤੇਰੇ ਤੇ ਯਕੀਨ ਵੇ ਆਪਣੀ ਬਣਾ ਲੈ ਕੋਈ ਲਾ ਕੇ ਸਕੀ ਆਪਣੀ ਬਣਾ ਲੈ ਕੋਈ ਨਾ ਹੋ ਕਸਕੀ ਆਪਣੀ ਬਣਾ ਲੈ ਕੋਈ ਲਾ ਕੇ ਸਕੀ ਤੇਰੇ ਤੋਂ ਭਰੋਸਾ ਮੈਨੂੰ ਤੇਰੇ ਤੇ ਯਕੀਨ ਵੇ ਆਪਣੀ ਬਣਾ ਲੈ ਕੋਈ ਲਾ ਕੇ ਸਕੀ ਆਪਣੀ ਬਣਾ ਲੈ ਕੋਈ ਲਾ ਕੇ ਸਕੀ ਆਪਣੀ ਬਣਾ ਲੈ ਕੋਈ ਲਾ ਕੇ ਸਕੀ ਬੰਦ ਮੇਰਾ ਛੋਟੇ ਭਰਾ ਜਾਂਦਾ ਹੁੰਦਾ ਸੀ ਸਿਆਣੇ ਕੋਲੇ ਉਹ ਆਪਦੇ ਘਰ ਗੱਡੀ ਗੱਦੀ ਚੱਕਦਾ ਸੀਗਾ ਸਿਆਣੇ ਨੇ ਕਹਿੰਦਾ ਉਹ ਤੇ ਗੱਦੀ ਪੱਟ ਕੇ ਮੇਰੇ ਤੇ ਲਾ ਦੇ ਉਹ ਕਹਿੰਦੇ ਅਜੇ ਲਾ ਨਹੀਂ ਸਕਦੇ ਸੀ ਉਹ ਕੀ ਹੁੰਦਾ ਮੇਰੇ ਤੇ ਗੱਦੀ ਆਪਣੇ ਆਪ ਆਈ ਸੀ ਬਾਬੇ ਦੀ ਮੈਂ ਕਿਹਾ ਤੂੰ ਲਵਾ ਲਾ ਗੱਦੀਆਂ ਲਵਾਉਣੀਆਂ ਆਪਾਂ ਉਹਦੀ ਸੇਵਾ ਕਰੀਏ ਇਹ ਗੱਲ ਹੋਰ ਦੱਸੋ ਮੈਨੂੰ ਜਦੋਂ ਇਹ ਗੱਦੀ ਦਾ ਅਲਝਾ ਬਣਿਆ ਉਸ ਤੋਂ ਬਾਅਦ ਤੂੰ ਵੀ ਆਪ ਵੀ ਬਿਮਾਰ ਹੋ ਗਿਆ ਸੀ ਨਹੀਂ ਬਾਬੇ ਜੀ ਮੈਂ ਤਾਂ ਨਹੀਂ ਬਿਮਾਰ ਹੋਇਆ ਹੈ ਨਹੀਂ ਮੈਂ ਤਾਂ ਦਿਮਾਗ 'ਚ ਬੋਝ ਕਿਤੇ ਪੈ ਗਿਆ ਸੀ ਬੋਝ ਵਾਸਤੇ ਨਹੀਂ ਪਿਆ ਕਿਸੇ ਹੋਰ ਕਿਤੇ ਪਿਆ ਸੀ ਬੋਆਇਬ ਜੀ ਤੇ ਗੱਲ ਹੋਈ ਨਹੀਂ ਬਾਬਾ ਜੀ ਘਰੋਂ ਬਾਹਰ ਕੌਣ ਚਲਾ ਗਿਆ ਸੀ ਘਰੋਂ ਬਾਹਰ ਵੀ ਨਹੀਂ ਉਸ ਟਾਈਮ ਵਾਸਤੇ ਨਹੀਂ ਗਿਆ ਕੋਈ ਵੀ ਕੋਈ ਵੀ ਨਹੀਂ ਗਿਆ ਹਜੇ ਸਾਲ ਨਹੀਂ ਗਿਆ ਘਰੋਂ ਬਾਹਰ ਸਾਤ ਹੁਣ ਗਿਆ ਹੀ ਹੈ ਤੇ ਫਿਰ ਇਹਨੂੰ ਬੁੱਧੂ ਸਮਝਦਾ ਤੂੰ ਪੰਜਾਬੀ 'ਚ ਗੱਲ ਦੱਸਾਂ ਹੈ ਦੱਸ ਦੱਸ ਜਮਾ ਧਰ ਕੇ ਰਗੜਤਾ ਇਹ ਤਾਂ ਗੱਲ ਸਹੀ ਆ ਜਮਾ ਧਰ ਕੇ ਰਗੜਤਾ ਤੇ ਜਮਾ ਧਰ ਕੇ ਬਾਬਾ ਘੋਰੀ ਮਸਾਣੀ ਤੇ ਕਾਲਕਾ ਤਿੰਨੇ ਲਾ ਸਹੀ ਗੱਲ ਤੇ ਚੌਥੀ ਮਾਈ ਭਾਗਣ ਜਿਹਦਾ ਸਮਾਨ ਤੂੰ ਕਦੇ ਵੀ ਨਹੀਂ ਲਾਇਆ ਹੈਲੋ ਹਾਂ ਬਾਬਾ ਜੀ ਸਹੀ ਹੈ ਤੇ ਉਹੋ ਜਿਹਾ ਗੇੜਾ ਪਾਇਆ ਤੁਹਾਨੂੰ ਐ ਕਮਾਲ ਲੱਸੀ 'ਚ ਮੱਖਣ ਦੇ ਪੈਰ ਨਹੀਂ ਲੱਗਦੇ ਗੇ ਫੜ ਕੇ ਪੈਰ ਲੱਗੇ ਹੀ ਨਹੀਂ ਗਲਤੀਆਂ ਹੋ ਜਾਂਦੀਆਂ ਬੱਚਿਆਂ ਤੋਂ ਚਲੋ ਪਾਓ ਮਿੱਟੀ ਬੱਚੇ ਤਾਂ ਗੁਨਾਹਗਾਰ ਹੁੰਦੇ ਆ ਮਾਂ ਪਿਓ ਰੌਲਾ ਗੁਰਗੇ ਗੱਦੀ ਬੰਦ ਇਸ ਕਰਕੇ ਹੋਈ ਆ ਮਾਈ ਭਾਗਣ ਚਾਨਣੀ ਨਹੀਂ ਹੋਣ ਦਿੰਦੀ ਦਾ ਚੇਲੇ ਨੂੰ ਤੁਹਾਨੂੰ ਥੋੜੀ ਪੁੱਛ ਕੱਢਣਾ ਹੈਗਾ ਹੈਲੋ ਹਾਂਜੀ ਬਾਜੀ ਤੇਰੀ ਗੱਦੀ 'ਚ ਪਿੱਛੇ ਮੁੜ ਦਾ ਬਾਬਾ ਸੱਚ ਤੇ ਕਲਵਾ ਸੀਗਾ ਨਾ ਉਹਦੀ ਸੁੱਖ ਲੱਗੀ ਆ ਕੋਈ ਬਾਬਾ ਜੀ ਸੰਤ ਕਿਸੇ ਨੇ ਦੱਸਿਆ ਹੀ ਨਹੀਂ ਇਹ ਗੱਲਾਂ ਗੁਰੂ ਕਿਹੜਾ ਬਣਾ ਸੀ ਉਹ ਜਦੋਂ
ਜਦੋਂ ਗੱਦੀ ਸਹੀ ਚੱਲਦੀ ਨਾਗ ਦਿੰਦੇ ਨਾ ਸੱਪ ਦਿੰਦੇ ਨਾ ਵੱਡਾ ਸਾਰਾ ਦਿਨ ਜਦੋਂ ਗੱਦੀ ਚੱਲਦੀ ਸੱਪ ਦਿੰਦੇ ਨਾ ਵੱਡਾ ਸਾਰਾ ਦਿੰਦਾ ਰਿਹਾ ਜਿਵੇਂ ਐਡੀ ਸ਼ੈਲੀ ਹੋਣੀ ਤੇ ਮੂੰਹ ਅੰਦਰ ਨੂੰ ਕਰ ਲੈਣਾ ਹੈ ਸਹੀ ਹੈ ਸਹੀ ਬਾਬੇ ਕੁਰੜ ਕੇ ਦਾ ਨਾਮ ਸੁਣਿਆ ਸੁਨਾ ਤਾਂ ਸੁਣਿਆ ਬਾਬੇ ਕੁਰੜ ਇਹ ਵੀ ਸੀਗਾ ਗੱਦੀ ਚ ਇਹ ਤਾਂ ਪਤਾ ਨਹੀਂ ਬਾਬਾ ਜੀ ਆਪਾਂ ਨਾ ਹੀ ਕਿਸੇ ਨੇ ਦੱਸਿਆ ਬਜ਼ੁਰਗਾਂ ਨੇ ਗੱਦੀ ਛਤਰਾ ਲੱਗਦਾ ਸੀ ਨਾਲ ਛਤਰਾ ਹੀ ਲਾਉਂਦੇ ਸਾਡੇ ਸੁਣਿਆ ਨਹੀਂ ਲਾਇਆ ਨਹੀਂ ਸਾਡੇ ਨਾ ਕਦੇ ਮਾਪੋ ਨੇ ਲਾਇਆ ਜਿਹੜੇ ਦੇਵਤੇ ਰਾਖੀ ਕਰਨ ਵਾਲੇ ਸੀ ਨਾ ਪੁੱਤ ਉਹਨਾਂ ਦਾ ਪ੍ਰੋਪਰ ਸਮਾਨ ਹੀ ਨਹੀਂ ਲੱਗਿਆ ਗੱਦੀ ਚ ਤੇ ਸਾਡੇ ਬਜ਼ੁਰਗ ਨੇ ਦੱਸਿਆ ਨਹੀਂ ਸਾਨੂੰ ਵੀ ਇਹ ਲੱਗਦਾ ਛਤਰਾ ਦਾ ਤੇ ਗੁਰੂ ਬਣਾਇਆ ਸੀ ਤੂੰ ਕੋਈ ਗੁਰੂ ਤਾਂ ਬਣਾਇਆ ਸੀ ਮੇਰਾ ਮਾਮਾ ਉਹਨੇ ਵੀ ਨਹੀਂ ਦੱਸਿਆ ਉਹਨੇ ਵੀ ਨਹੀਂ ਦੱਸਿਆ ਕਿੱਥੇ ਆ ਮਾਮਾ ਹੁਣ ਉਹ ਤਾਂ ਆਪ ਬਿਮਾਰ ਪਿਆ ਗੱਦੀ ਚੱਲ ਪੇ ਸਹੀ ਬੱਚੇ ਹੋ ਜਾਣ ਠੀਕ ਕੀਤਾ ਕਰਾਇਆ ਹੋ ਜਾਏ ਬਾਹਰ ਫੇਰ ਬੋਲੋ ਫਿਰ ਬਾਬਾ ਸਹੀ ਹੈ ਗੱਲ ਸਹੀ ਗੱਲ 30,000 ਮੈਨੂੰ ਪਤਾ ਲਾਵਾਂਗੇ ਤੇ ਜੇ ਇੱਕ ਵਾਰੀ ਮੈਂ 400-500 ਦਾ ਸਮਾਨ ਲਵਾ ਕੇ ਕੰਮ ਸੈੱਟ ਕਰ ਦਿਆਂ ਉਸ ਤੋਂ ਬਾਅਦ ਹੈ ਕਿਆ ਬੋਲ ਮੁੰਡਾ ਹੋਏ ਨਾ ਲਿਖਿਆ ਨਾ ਲਿਖਿਆ ਸ਼ਾਮ ਗੁਰਬਾਣੀ ਕੰਮ ਹੋ ਜੂਗਾ ਸੈੱਟ ਠੀਕ ਹੈ ਅੱਜ ਤਾਂ ਭਰਾਵਾ ਮੈਂ ਬਸ ਥੱਕਿਆ ਜ਼ਬਾਨ ਵਧਾ ਕੇ ਮੈਂ ਸੋਣਾ ਹੈ 4-5 ਘੰਟੇ ਰਾਤ ਦਾ ਫਿਰ ਜ਼ਬਾਨ ਮੇਰਾ ਤੇ ਉੱਥੇ ਆ ਜੀ ਸਾਹ ਦੇ ਡੇਰੇ ਤੇ ਠੀਕ ਹੈ ਉੱਥੇ ਸਮਾਨ ਦੱਸ ਦੂੰਗਾ ਕੀ ਲਾਉਣਾ ਰੁਪਈਏ 400 ਦਾ ਸਮਾਨ ਲੱਗੂਗਾ ਠੀਕ ਹੈ ਜਿਹੜਾ ਮੈਂ 30,000 ਰੁਪਇਆ ਕਿਹਾ ਮੈਨੂੰ ਨਹੀਂ ਚਾਹੀਦਾ ਆਹ ਤੇਰੇ ਦੀਵਾਨ ਦਾ ਤਾਂ ਲੰਗਰ ਪਾਣੀ ਦਾ ਖਰਚਾ ਇੱਧਰੇ ਘਰੇ ਲੱਗਣਾ ਗੱਲ ਸਮਝ ਆ ਗਈ ਸਾਧ ਸਾਧ ਦੀ ਸਹੇਲੀ ਹੁੰਦੀ ਆ ਮੈਨੂੰ ਪੈਸੇ ਦੀ ਜ਼ਰੂਰਤ ਨਹੀਂ ਤੇਰੇ ਕੋਲੋਂ ਗੱਲ ਸਮਝ ਆ ਗਈ ਘਰ ਠੀਕ ਕਰ ਦੂੰਗਾ ਬੀਬੀ ਸਰੀਰ ਵੀ ਠੀਕ ਹੋ ਜੂਗਾ ਤੁਹਾਡਾ ਕਾਰੋਬਾਰ ਵੀ ਚੱਲ ਪੂਗਾ ਕੀਤਾ ਕਿਰਾਇਆ ਵੀ ਪਾਸੇ ਹੋ ਜੂਗਾ ਗੱਲ ਸਮਝ ਆ ਗਈ ਠੀਕ ਆ ਭੈਣੇ ਜਮਾਂ ਧਰ ਕੇ ਕੀਤਾ ਕਿਰਾਇਆ ਵਾ ਹੱਲ ਹੋ ਜੂ ਠੀਕ ਹੈ ਆਈ ਪੁੱਛਣਾ ਸੀਗਾ ਹੈ ਮੇਰੀ ਭੈਣ ਦੇ ਕੋ ਮੈਂ ਸਾਇਸ ਮੁੰਡੇ ਨੂੰ ਫਰਕਾਲੀ ਟੀ ਸ਼ਰਟ ਲੈ ਲੂੰ ਤੇ ਬੈਠੋ ਸੋਹਣੇ ਰੰਗੇ ਕਮਲੀ ਨੇ ਵਾਲ ਰੱਖਦੇ ਆ ਮੋੜੀ ਮਾਰਦੀ ਗੱਡੀ ਦੇ ਸੋਹਣੇ ਰੰਗੇ ਕਮਲੀ ਨੇ ਵਾਲ ਰੱਖਦੇ ਮੋੜੀ ਮਾਰਦੀ ਗੱਡੀ ਦੇ ਆਜੋ ਭਾਈ ਕਿਹੜਾ ਪਰਿਵਾਰ
ਜੈਕਾਲੀ 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 ਕਲਕੱਤੇ ਵਾਲੀ ਜੈਕਾਲੀ ਤੁਸੀਂ ਸਾਡੇ ਡੇਰੇ ਗਏ ਸੀ ਹੈ ਆਪਣੇ ਦਰਗਾਹ ਦੀਆਂ ਗੱਲਾਂ ਦਾ ਪਤਾ ਹਾਂਜੀ ਠੀਕ ਹੈ ਮਹਾਰਾਜ ਜੀ ਘਰੇ ਕਲੇਸ਼ ਨੂੰ ਕਲੇਸ਼ ਬਣਦਾ ਕਲੇਸ਼ ਵੀ ਬਣਦਾ ਬਾਬਾ ਉਹਨੇ ਘਰੇ ਦਾ ਪੁੱਛਣਾ ਘਰੇ ਕਲੇਸ਼ ਨੂੰ ਕਲੇਸ਼ ਬਣਦਾ ਕਲੇਸ਼ ਤਾਂ ਮਾੜਾ ਮੋਟਾ ਚੱਲਦਾ ਹੀ ਰਹਿੰਦਾ ਉਹ ਆਹ ਤਾਂ ਘਰ ਚ ਦੋ ਭਾਂਡੇ ਠਹਿਕਦੇ ਕਿਆ ਹੋ ਗਿਆ ਆ ਜਾ ਬਾਬਾ ਸਮਾਂ ਗਿਆ ਕਹਾਣੀ ਪੁੱਠੀ ਪਈ ਘਰ ਦੀ ਹੈ ਘਰ ਚੋਦੀਆਂ ਚੀਜ਼ਾਂ ਵੇਚੀਆਂ ਵੀ ਗਈਆਂ ਵੇਖ ਕੇ ਲੱਗਦੀਆਂ ਚੀਜ਼ਾਂ ਹੈ ਅੱਗੋਂ ਚਾਟੀਆਂ ਸਾਧਨ ਵੀ ਵੇਖ ਗਿਆ ਕੋਈ ਚਾਟੀਆਂ ਸਾਧਨ ਵੀ ਵੇਖ ਗਿਆ ਨਹੀਂ ਸਾਧਨ ਸਾਡੇ ਹੁਣ ਦੇਣ ਲੱਗਿਆ ਸੀ ਲੀੜਾ ਕੱਪੜਾ ਉਹੀ ਪੁੱਛਦਾ ਹੈ ਫਿਰ ਨਹੀਂ ਮੜੀ ਖੇਤ ਬਣੀ ਵੀ ਆ ਹਾਂ ਤੇ ਜੜ ਦੇ ਹੇਠਾਂ ਬਣੀ ਆ ਹਾਂ ਆਕਾ ਬਾਬਾ ਆ ਲਿਆ ਬਾਬਾ ਸ਼ਕਤੀ ਬੜੀ ਆ ਤੇਰੀ ਭਗਤੀ ਬੜੀ ਆ 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 ਫਿਰ ਪਿੰਡ ਦੇ ਨੀਲ ਵੀ ਪੈਂਦੇ ਕਦੇ ਨਹੀਂ ਕਿਸੇ ਦੇ ਹਾਂ ਜਾਂ ਸੁਪਨੇ 'ਚ ਪਾਣੀ ਦਿਖਦਾ ਵੇ ਇੱਥੇ ਤਾਂ ਬਜ਼ੁਰਗ ਦੀ ਵੀ ਕੁੰਡੀ ਆ ਤੁਹਾਡੇ ਲੀੜੇ ਕੱਪੜਿਆਂ ਦੀ
ਮੈਨੇ ਗੱਲ ਦੱਸੇ ਵੈਸੇ ਆਪਣੀ ਗੱਲ ਹੋਈ ਸੀਗੀ ਵੀ ਜਾਂਡੇ ਡਿੱਗ ਗਿਆ ਸੀ ਹੈਂ ਫਰਿਆਦ ਜੀ ਆ ਵੀ ਖੜਾ ਹੋ ਗਿਆ ਉੱਥੇ ਹੈਂ ਹਾਂ ਕਾ ਬਾਬਾ ਸ਼ਕਤੀ ਬੜੀ ਆ ਤੇਰੀ ਭਗਤੀ ਬੜੀ ਆ ਸ਼ਕਤੀ ਬੜੀ ਆ ਤੇਰੀ ਭਗਤੀ ਬੜੀ ਆ ਭਗਤੀ ਬੜੀ ਆ ਤੇਰੀ ਭਗਤੀ ਬੜੀ ਆ ਭਗਤੀ ਬੜੀ ਆ ਤੇਰੀ ਭਗਤੀ ਬੜੀ ਆ ਖੱਜ ਕੇ ਨਿਸ਼ਾਨੇ ਸਿੱਧੇ ਲਾਵੇ ਖੱਜ ਕੇ ਨਿਸ਼ਾਨੇ ਸਿੱਧੇ ਲਾਵੇ ਉਹ ਜੋੜੇ ਜੱਟਾਂ ਵਾਲਾ ਖੇਡਦਾ ਫਿਰ ਕਾਰੋਬਾਰ ਜੀ ਪੂਰੇ ਲਾਓ ਸਾ ਹੈ ਸਹੀ ਆ ਫਿਰ ਆਹਾ ਫਸਲ ਜੀ ਵੀ ਘਾਟੇ ਪੈ ਜਾਂਦੇ ਹੈ ਤੇ ਕਰਜ਼ੇ ਠਾਵੇ ਪਏ ਮੇਰਿਆਂ ਦਰਾਂ ਤੇ ਬਾਬਾ ਸੰਗ ਚੱਲ ਆਉਣਗੇ ਤੇਰਿਆਂ ਦਰਾਂ ਤੇ ਬਾਬਾ ਸੰਗ ਚੱਲ ਆਉਣਗੇ ਯਾਦ ਰੱਖੀ ਬਾਬਾ ਤੈਨੂੰ ਕੱਲ ਮੈਂ ਜਵਾਉਣਗੇ ਯਾਦ ਰੱਖੀ ਬਾਬਾ ਤੈਨੂੰ ਕੱਲ ਮੈਂ ਜਵਾਉਣਗੇ ਇਹੀ ਗੱਲ